ਕਾਕੀ ਇਦਾਂ ਦੀ ਹੋ ਗਈ ਆ ਕਿ ਜੋ ਅੱਜ ਕਰ ਲਗਾइका ਨੂੰ ਚਾਹੀਦਾ ਉਹਨਾਂ ਨੂੰ ਆਸਿਓ ਪਾਸਿਓ ਮਿਲ ਰਿਆ ਤੇ ਇਹ ਕਰਕੇ ਸਾਡੀ ਲੋੜ ਨਹੀਂ ਆ ਤੇ ਸਾਨੂੰ ਫਿਰ ਉਹਨਾਂ ਨੂੰ ਕਿਉਂ ਪੁੱਛਣਾ ਦੇਸੀ ਰਿਆ ਸਾਹਮਣੇ ਆ ਸਭ ਕੁਝ ਜਦੋਂ ਕਿਸੇ ਦਾ ਕਦੇ ਫੋਨ ਹੀ ਨਹੀਂ ਆਇਆ ਕਿਸੇ ਨੇ ਕਦੇ ਕੋਈ ਗੱਲ ਹੀ ਨਹੀਂ ਕੀਤੀ ਠੀਕ ਹੈ ਜੀ ਤੇ ਫਿਰ ਕਲੀਅਰ ਹੀ ਆ ਸਾਫ਼ ਹੀ ਆ ਵੀ ਬਦਲੇ ਹੀ ਆ ਦਲਜੀਤ ਦਸਾਂਦਾ ਵੀ ਤੁਸੀਂ ਇੱਕ ਗੀਤ ਲਿਖਿਆ ਸੀ ਔਰ ਹੁਣ ਵੀ ਅਸੀਂ ਜਦੋਂ ਵੀ ਕੋਈ ਮੈਰਿਜ ਪਾਰਟੀ ਅਟੈਂਡ ਕਰੀ ਉਹਦੇ ਵਿੱਚ ਜ਼ਰੂਰ ਚੱਲਦਾ ਗਿੱਦਾ ਪਾਉਣ ਜਟੀਆਂ ਬਨੇਰੇ ਹਿਲ ਤੇ ਉਸ ਗੀਤ ਦਾ ਕਿਵੇਂ ਸਬਾ ਬਣਿਆ ਸੀ ਕਿੰਨੀ ਪੇਮੈਂਟ ਮਿਲੀ ਸੀ ਉਸ ਗੀਤ ਤੇ ਜਾਨਕਿ ਕਾਫੀ ਵਾਰੀ ਇਦਾਂ ਮੈਂ ਫੋਨ ਕਰਦਾ ਰਿਹਾ ਮੇਰਾ ਫੋਨ ਨਹੀਂ ਅਟੈਂਡ ਕੀਤਾ ਗਿਆ ਤੇ ਫਿਰ ਮੁੜ ਕੇ ਮੈਂ ਫੋਨ ਕਰਨਾ ਛੱਡਤਾ ਤਾਂ ਤੁਸੀਂ ਆਪ ਛੱਡ ਦਿੱਤੀ ਕਿ ਤੁਹਾਨੂੰ ਮਿਲੀ ਨਹੀਂ ਕਿਸ ਤਰ੍ਹਾਂ ਸੀ ਜਦੋਂ ਮਿਲੀ ਨਹੀਂ ਸਮਝ ਕੇ ਮੈਂ ਛੱਡ ਤੀ ਜਿਹੜੇ ਚੰਗੇ ਘਰਾਂ ਦੇ ਮੁੰਡੇ ਲਿਖਦੇ ਆ ਹਨਾ ਉਹਨਾਂ ਦੇ ਨਾਲ ਇਹਨਾਂ ਦੀਆਂ ਯਾਰੀਆਂ ਵੀ ਪੱਕੀਆਂ ਵੀ ਫਲਾਣਾ ਕੀ ਗੀਤਕਾਰ ਹੈ ਇਹ ਗੀਤਾਂ ਨੇ 1.5 ਲੱਖ ਲਿਆ ਫਲਾਣੇ ਨੇ 2 ਲੱਖ ਲਿਆ ਉਹਨਾਂ ਨੂੰ ਇਹ ਪੇਮੈਂਟਾਂ ਵੀ ਹਸਕੇ ਕਰਦੇ ਜਿਨ੍ਹਾਂ ਨੇ ਮੇਰੇ ਗੀਤ ਗਾਏ ਉਹਨਾਂ ਚੋਂ ਕਿਸੇ ਦਾ ਨਹੀਂ ਆਇਆ ਸਭ ਤੋਂ ਵੱਧ ਪੇਮੈਂਟ ਜੀ ਮੈਨੂੰ ਕੀ ਸਮਝਾਈ ਸੱਜਣਾ ਇਹਨਾਂ ਨੈਣ ਕਮਲਿਆ ਅਮਰਿੰਦਰ ਭਾਣ ਜਿੰਨੀ ਪੇਮੈਂਟ ਸੀ ਉਹ 25000 ਰੁਪਏ ਉਹਨਾਂ ਦੇ ਵਿੱਚ ਨਿਮੇ ਕਲਾਕਾਰ ਹਰ ਸਾਲ ਗਰਮੀਆਂ ਦੇ ਵਿੱਚ ਵਿਦੇਸ਼ਾਂ ਦੇ ਟੂਰ ਲਾਉਂਦੇ ਆ ਨਿਮਲੋ ਹਰ ਕਾ ਕਿੰਨੇ ਵਾਰ ਬਾਹਰ ਜਾਇਆ ਆ ਕਈ ਕਲਾਕਾਰ ਬਾਹਰ ਵੀ ਲੈ ਕੇ ਗਏ ਆ ਨਿਮੇ ਨੂੰ ਜੇ ਕਦੇ ਕਿਸੇ ਨਾਲ ਗੱਲ ਹੋਈ ਵੀ ਤੇ ਉਹਨਾਂ ਦਾ ਅੱਗੋਂ ਜਵਾਬ ਵੀ ਤੂੰ ਉੱਥੇ ਕੀ ਕਰਨਾ ਉੱਥੇ ਕੀ ਆ ਇਦਾਂ ਦੇ ਜਵਾਬ ਮੈਨੂੰ ਇੱਕ ਦੋ ਸਿੰਗਲਾਂ ਤੋਂ ਮਿਲੇ ਆ ਤੇ ਫਿਰ ਮੈਂ ਉਸ ਤੋਂ ਬਾਅਦ ਕਦੇ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਵਜੇ ਗੀਤਕਾਰੀ ਚ ਨਾਂ ਬਣਿਆ ਤੇ ਉਹਨੂੰ ਵੀ ਮਿੱਟੀ ਕਰ ਲਈ ਗਾਇਕੀ ਦੇ ਚੱਕਰ ਚ ਠੀਕ ਹੈ ਜੀ ਕਹਿਣਾ ਖੁਸ਼ ਰਹਿੰਦਾ ਹੈ ਉਹ ਕਹਿਣਾ ਸੁਖ ਲੈਂਦਾ ਹੈ ਉਹ ਕਹਿਣਾ ਖੁਸ਼ ਰਹਿੰਦਾ ਹੈ ਉਹ ਕਹਿਣਾ ਸੁਖ ਲੈਂਦਾ ਹੈ ਉਹ ਕਪਿ ਦਾਯੋ ਦਾ ਲਾਲ ਮੇਰੀ ਮਾਂ ਨੂੰ ਨਾ ਦੱਸਿਓ ਮੇਰੇ ਪਰਦੇਸੀ ਵੀਰੋ ਵਤਨਾ ਨੂੰ ਜਾਣ ਵਾਲਿਓ ਮੇਰਾ ਕੀ ਏ ਹਾਲ ਮੇਰੀ ਮਾਂ ਨੂੰ ਨਾ ਦੱਸਿਓ ਮੇਰਾ ਕੀ ਏ ਹਾਲ ਮੇਰੀ ਮਾਂ ਨੂੰ ਨਾ ਦੱਸਿਓ ਮਾਂ ਦੀ ਜ਼ਿੰਦਗਾਨੀ ਖਾਤਰ ਰੱਖ ਲੈਣਾ ਸੱਚ ਲੁਕਾ ਕੇ ਨਿੰਮੇ ਦੇ ਪਿੰਡ ਲੋਹਾਰ ਕੇ ਦੱਸਿਓ ਨਾ ਕੁਝ ਵੀ ਜਾ ਕੇ ਮਾਂ ਦੀ ਜਿੰਦਗਾਨੀ ਖਾਤਰ ਰੱਖ ਲੈਣਾ ਸੱਚ ਲੁਕਾ ਕੇ ਨਿੰਮੇ ਦੇ ਪਿੰਡ ਲੋਹਾਰ ਕੇ ਦੱਸਿਓ ਨਾ ਕੁਝ ਵੀ ਜਾ ਕੇ ਯਾਰੋ ਅਣਪੋੜ ਮੇਰੀ ਮਾਂ ਜਾਵੇ ਨਾ ਡੋਲ ਮੇਰੀ ਮਾਂ ਯਾਰੋ ਅਣਪੋਲ ਮੇਰੀ ਮਾਂ ਜਾਵੇ ਨਾ ਢੋਲ ਮੇਰੀ ਮਾਂ ਐਸਾ ਕੋਈ ਖਿਆਲ ਮੇਰੀ ਮਾਂ ਨੂੰ ਨਾ ਦੱਸਿਓ ਮੇਰਾ ਕੀ ਏ ਹਾਲ ਮੇਰੀ ਮਾਂ ਨੂੰ ਨਾ ਦੱਸਿਓ ਮੇਰਾ ਕੀ ਏ ਹਾਲ ਮੇਰੀ ਮਾਂ ਨੂੰ ਨਾ ਦੱਸਿਓ ਪੰਜਾਬੀ ਮਿਊਜ਼ਿਕ ਇੰਡਸਟਰੀ ਇਸ ਵੇਲੇ ਤਰੱਕੀ ਦੇ ਸਿਖਰਾਂ ਤੇ ਹੈ ਪੰਜਾਬੀ ਗਾਇਕਾਂ ਦੇ ਨਾਲ ਅੰਤਰਰਾਸ਼ਟਰੀ ਪੱਤਰ ਤੇ ਕਲਾਕਾਰ ਵੀ ਫਿਊਜ਼ਨ ਕਰ ਰਹੇ ਨੇ ਕੋਲਾਬੋਰੇਸ਼ਨ ਕਰ ਰਹੇ ਨੇ ਪਰ ਕਾਫੀ ਮਾਹੌਲ ਬਦਲਿਆ ਹੈ ਪੰਜਾਬੀ ਸਿੰਗਰਸ ਦੀ ਡਿਮਾਂਡ ਵਧੀ ਹੈ ਬਾਲੀਵੁੱਡ ਦੇ ਵਿੱਚ ਵੀ ਪੰਜਾਬੀ ਗੀਤ ਤੁਹਾਨੂੰ ਹਰ ਫਿਲਮ ਦੇ ਵਿੱਚ ਹੁਣ ਦੇਖਣ ਨੂੰ ਮਿਲਣ ਜਾਵੇਗਾ ਸੁਣਨ ਨੂੰ ਮਿਲ ਜਾਵੇਗਾ ਪਰ ਜੇ ਕੁਝ ਨਹੀਂ ਬਦਲਿਆ ਤਾਂ ਉਹ ਗੀਤਕਾਰਾਂ ਦੀ ਆਰਥਿਕ ਸਥਿਤੀ ਹੈ ਜੋ ਹਜੇ ਵੀ ਨਹੀਂ ਬਦਲੀ ਚਾਹੇ ਉਹ ਨੰਦ ਲਾਲ ਨੂਰਪੁਰੀ ਤੋਂ ਲੈ ਕੇ ਅਸੀਂ ਹਾਲ ਹੀ ਦੇ ਵਿੱਚ ਦੀਪੂ ਕਾਕੋਵਾਲੀਆ ਦੇ ਵੱਲੋਂ ਕੀਤੀ ਗਈ ਕੁਤਕੁਸ਼ੀ ਦੀ ਗੱਲ ਕਰ ਰਹੀ ਹੈ ਆਰਥਿਕ ਪੱਧਰ ਤੇ ਗੀਤਕਾਰ ਅਜੇ ਵੀ ਸਮਰੱਥ ਨਹੀਂ ਹੋ ਪਾਇਆ ਉਹਨਾਂ ਨੂੰ ਉਹ ਮੁਕਾਮ ਨਹੀਂ ਮਿਲ ਪਾਇਆ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਜੋ ਮਿਲਣਾ ਚਾਹੀਦਾ ਸੀ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਗੁਰੂ ਨਗਰੀ ਅੰਮ੍ਰਿਤਸਰ ਦੇ ਪਿੰਡ ਲੋਹਾਰਕਾ ਦੇ ਵਿੱਚ ਖੜਾ ਹਾਂ ਲੋਹਾਰਕਾ ਦਾ ਨਾਮ ਜਦੋਂ ਵੀ ਆਉਂਦਾ ਤਾਂ ਇੱਥੇ ਇੱਕ ਸ਼ਖਸ ਦਾ ਨਾਮ ਆਪ ਮੁਹਾਰੇ ਇੱਥੇ ਜੁੜ ਜਾਂਦਾ ਹੈ ਨਿਮਮਾ ਲੋਹਾਰਕਾ ਅਸੀਂ ਨਿਮਮਾ ਲੋਹਾਰਕਾ ਦੇ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਨਿਮਮਾ ਲੋਹਾਰਕਾ ਉਸ ਵੇਲੇ ਸੁਰਖੀਆਂ ਦੇ ਵਿੱਚ ਆ ਗਿਆ ਸੀ ਹਾਲਾਂਕਿ ਬਹੁਤ ਦੋ ਦਹਾਕੇ ਪੂਰਾ ਰਾਜ ਕੀਤਾ ਉਸਨੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਉਸਤੇ ਗੀਤਾਂ ਨੇ ਕਈ ਕਲਾਕਾਰਾਂ ਦੀ ਜ਼ਿੰਦਗੀ ਬਣਾ ਦਿੱਤੀ ਅਮਰਿੰਦਰ ਗਿੱਲ ਤੋਂ ਲੈ ਕੇ ਨਛੱਤਰ ਗਿੱਲ ਤੱਕ ਕਈ ਕਲਾਕਾਰ ਉਸਦੀ ਕਲਮ ਦੇ ਰਾਹੀਂ ਹੀ ਬਹੁਤ ਸ਼ਿਖਰਾਂ ਦੇ ਉੱਤੇ ਚੜੇ ਨੇ ਪਰ ਇਸ ਵੇਲੇ ਉਹ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਆਪਣੀ ਇੱਕ ਫੇਸਬੁੱਕ ਪੋਸਟ ਦੇ ਰਾਹੀਂ ਆਓ ਤੁਹਾਨੂੰ ਸਭ ਤੋਂ ਪਹਿਲਾਂ ਉਹ ਫੇਸਬੁੱਕ ਪੋਸਟ ਦੇ ਬਾਰੇ ਦੱਸ ਦਿੰਨੇ ਆ ਅਫਸੋਸ ਕਿ ਮੈਂ ਗੀਤਕਾਰ ਹੀ ਕਿਉਂ ਬਣਿਆ ਜਾਂ ਮੇਰਾ ਐਨਾ ਨਾਮ ਹੀ ਕਿਉਂ ਹੋਇਆ ਜਿਸ ਨਾਮ ਨੇ ਮੈਨੂੰ ਹੋਰ ਕਿਸੇ ਕੰਮ ਜੋਗਾ ਰਹਿਣ ਹੀ ਨਹੀਂ ਦਿੱਤਾ ਜਾਂ ਫਿਰ ਮੈਂ ਜੰਮਿਆ ਹੀ ਕਿਸੇ ਕਾਰਾ ਕੋਠੀਆਂ ਵਾਲਿਆਂ ਦੇ ਘਰ ਹੁੰਦਾ ਜੋ ਕਿ ਇਹਨਾਂ ਗਾਇਕਾਂ ਦੇ ਦਿਲਾਂ ਵਿੱਚ ਮੇਰੇ ਵਾਸਤੇ ਵੀ ਪਿਆਰ ਸਤਕਾਰ ਬਣਿਆ ਰਹਿੰਦਾ ਬਾਕੀ ਮੈਂ ਹਰ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਜੇ ਕਦੇ ਕੋਈ ਸੱਜਣ ਮੇਰੇ ਨਾਲ ਔਖੇ ਸੌਖੇ ਵੇਲੇ ਖੜਦਾ ਰਿਹਾ ਤਾਂ ਉਹ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹਨਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਸੋ ਉਹਨਾਂ ਦੋਸਤਾਂ ਬਾਰੇ ਵੀ ਕਿਸੇ ਦਿਨ ਤੁਹਾਨੂੰ ਜ਼ਰੂਰ ਤਾਂ ਸਾਗਾ ਸਤੁਤਸੀ ਸੁਣੀਏ ਫੇਸਬੁੱਕ ਪੋਸਟ ਜਿਸ ਦੇ ਵਿੱਚ ਨਿੰਮੇ ਲੋਹਾਰਕੇ ਨੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ ਉਸ ਨੇ ਆਪਣਾ ਗੁਬਾਰ ਕੱਢਿਆ ਜੋ ਉਸਤੇ ਦਿਲ ਦੇ ਵਿੱਚ ਕਈ ਦਹਾਕੀਆਂ ਤੋਂ ਦਬਿਆ ਹੋਇਆ ਸੀ ਨਿੰਮੇ ਲੋਹਾਰਕੇ ਦੇ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਕਿ ਨਿੰਮਾ ਕਿਨਾ ਹਾਲਾਤਾਂ ਦੇ ਵਿੱਚੋਂ ਇਸ ਵੇਲੇ ਲੰਘ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸਟ ਪੰਜਾਬੀ ਦੀ ਫੁੱਲ ਟੀਮ ਸਾਰੀ ਟੀਮ ਨੂੰ ਮੇਰੇ ਪਿੰਡ ਲੋਹਾਰਕਾ ਕਲਾਉਣ ਤੇ ਬਹੁਤ-ਬਹੁਤ ਨਿੱਘਾ ਸਵਾਗਤ ਹੈ ਜੀ ਬਾਕੀ ਥੈਂਕ ਯੂ ਗਗਨਬੇ ਦੀ ਬਾਜੀ ਤੁਸੀਂ ਅੱਜ ਮੇਰੇ ਪਿੰਡ ਪਹੁੰਚੇ ਹੋ ਤੇ ਬਾਕੀ ਜੋ ਤੁਸੀਂ ਗੱਲ ਕਹਿ ਰਹੇ ਹੋ ਬਾਕੀ ਮੈਂ ਹਲਾਤਾਂ ਨੂੰ ਮੱਦੇ ਨਜ਼ਰ ਰੱਖ ਕੇ ਪੋਸਟ ਪਾਈ ਸੀ ਜੋ ਕਿ ਮੇਰੇ ਦਰਦ ਨੂੰ ਬਹੁਤ ਲੋਕਾਂ ਨੇ ਜਾਨੀ ਕਿ ਐਪਰੀਸ਼ੀਏਟ ਕੀਤਾ ਨਿਵੇਂ ਤੁਸੀਂ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ ਬਹੁਤ ਸਮਾਂ ਹੋ ਗਿਆ 2094 ਤੋਂ 1994 ਤੋਂ ਤੁਸੀਂ ਇਸ ਇੰਡਸਟਰੀ ਦੇ ਨਾਲ ਜੁੜੇ ਹੋ ਤੁਸੀਂ ਕਈ ਗੀਤ ਦਿੱਤੇ ਨੇ ਬੜੇ ਨਾਮਵਰ ਗੀਤ ਦਿੱਤੇ ਨੇ ਠੋਕਰਾਂ ਲਵਾਉਣ ਵਾਸਤੇ ਦਿਲ ਨਹੀਂ ਦਿੱਤਾ ਪਰ ਇਸ ਵੇਲੇ ਨਿੰਮੇ ਲੋਹਾਰਕੇ ਨੂੰ ਖੁਦ ਠੋਕਰਾਂ ਲੱਗ ਰਹੀਆਂ ਨੇ ਜ਼ਮਾਨੇ ਦੀਆਂ ਠੋਕਰਾਂ ਲੱਗ ਰਹੀਆਂ ਨੇ ਤੁਸੀਂ ਬੜਾ ਬੇਬਾਕੀ ਦੇ ਨਾਲ ਕਿਹਾ ਹੈਗਾ ਕਿ ਮੈਂ ਆਰਥਿਕ ਪੱਧਰ ਤੇ ਇੰਨਾ ਕਿ ਜ਼ਿਆਦਾ ਮੇਰੀ ਹਾਲਤ ਪਤਲੀ ਹੋ ਗਈ ਸੀ ਕਿ ਜਿਹੜੇ ਮੇਰੇ ਰੋਜ਼ਮਰਾਂ ਦੇ ਖਰਚੇ ਨੇ ਉਹਨਾਂ ਦੇ ਵਿੱਚ ਵੀ ਮੈਂ ਕਰਜ਼ਾਈ ਹੋ ਰਿਆਂ ਨਿੰਮੇ ਇਸ ਤਰ੍ਹਾਂ ਦਾ ਦੌਰ ਇਹ ਕਿਦਾਂ ਬਣ ਗਿਆ ਕਿਉਂ ਕਿਸੇ ਨੇ ਸਾਰ ਨਹੀਂ ਲਈ ਕਿਹੜੇ ਹਾਲਾਤ ਕਿਹੜੇ ਕਾਰਨ ਜ਼ਿੰਮੇਦਾਰ ਹੋ ਗਏ ਬਸ ਬਾਜੀ ਅੱਜ ਦੀ ਗਾਇਕੀ ਇਦਾਂ ਦੀ ਹੋ ਗਈ ਆ ਕਿ ਜੋ ਅੱਜ ਕੱਲ ਗਾਇਕਾਂ ਨੂੰ ਚਾਹੀਦਾ ਉਹਨਾਂ ਨੂੰ ਆਸਿਓ ਪਾਸੇ ਮਿਲ ਰਿਆ ਤੇ ਇਹ ਕਰਕੇ ਸਾਡੀ ਲੋੜ ਨਹੀਂ ਹੈ ਤੇ ਸਾਨੂੰ ਫਿਰ ਉਹਨਾਂ ਨੂੰ ਕਿਉਂ ਪੁੱਛਣਾ ਠੀਕ ਹੈ ਜੀ ਬਾਕੀ ਹੋਰ ਕੋਈ ਮੈਂ ਕਹਿ ਨਹੀਂ ਸਕਦਾ ਬਸ ਇਹ ਆ ਵੀ ਮੈਨੂੰ ਦੁੱਖ ਉਹਨਾਂ ਦਾ ਆ ਕਿ ਜਿਨ੍ਹਾਂ ਨੇ ਮੇਰੇ ਗੀਤ ਗਾਏ ਆਪ ਇੰਨੀਆਂ ਬਲੰਦੀਆਂ ਤੇ ਪਹੁੰਚੇ ਬਟ ਉਹਨਾਂ ਦਾ ਫਰਜ਼ ਆ ਕੋ ਸਾਡਾ ਵੀ ਹਾਲ ਪੁੱਛਣ ਬਾਈ ਚਾਂਸ ਕਦੇ ਕਦਾਈਂ ਤੇ ਫੋਨ ਕਰਕੇ ਹਾਲ ਪੁੱਛ ਸਕਦੇ ਆ ਨਾ ਵੀ ਤੁਸੀਂ ਕੀ ਪੋਜੀਸ਼ਨ ਚ ਰਹੇ ਹੋ ਕਿਵੇਂ ਰਹੇ ਹੋ ਤੁਹਾਡੇ ਬੱਚੇ ਕਿੱਦਾਂ ਆ ਤੁਹਾਡਾ ਘਰ ਕਿਵੇਂ ਚੱਲ ਰਿਹਾ ਬਟ ਕਦੇ ਵੀ ਇਦਾਂ ਨਹੀਂ ਹੁੰਦਾ ਨਿੰਮੇ ਤੁਹਾਡੇ ਦੇਖਦੇ ਦੇਖਦੇ ਹੀ ਕਲਾਕਾਰ ਸਟਾਰ ਬਣ ਗਏ ਆਮ ਤੋਂ ਖਾਸ ਹੋ ਗਏ ਬਹੁਤ ਖਾਸ ਹੋ ਗਏ ਉਸ ਤੋਂ ਬਾਅਦ ਫਿਲਮਾਂ ਦੇ ਵਿੱਚ ਵੀ ਬੜਾ ਨਾਮ ਕਮਾ ਲਿਆ ਪਰ ਨਿੰਮੇ ਦੇ ਨਾਲ ਸਬੰਧ ਕਿਸ ਤਰ੍ਹਾਂ ਦੇ ਹੋਏ ਕਿੰਨਾ ਕੁ ਫਰਕ ਆ ਗਿਆ ਹੁਣ ਜਦੋਂ ਨਿੰਮਲ ਹਾਰਕਾ ਉਹਨਾਂ ਨੂੰ ਫੋਨ ਕਰਦਾ ਹੈ ਜਿਹੜੇ ਨੰਬਰ ਤੇ ਤੁਹਾਡੇ ਤੁਸੀਂ ਫੋਨ ਦੇ ਵਿੱਚ ਨੰਬਰ ਸੇਵ ਕੀਤੇ ਨੇ ਚੱਕਦੇ ਨੇ ਫੋਨ ਹੁਣ ਕਿੱਦਾਂ ਗੱਲ ਕਰਦੇ ਨੇ ਜਦੋਂ ਤੁਸੀਂ ਆਪਣਾ ਦਰਦ ਦੱਸਦੇ ਉਹਨਾਂ ਨੂੰ ਕਿਉਂਕਿ ਜਦੋਂ ਤੁਸੀਂ ਇੰਨਾ ਸਮਾਂ ਕਿਸੇ ਦੇ ਨਾਲ ਕੰਮ ਕੀਤਾ ਹੋਵੇ ਇੱਕ ਬਹੁਤ ਵਧੀਆ ਬੌਂਡਿੰਗ ਹੋ ਜਾਂਦੀ ਹੈ ਜੀ ਜੀ ਜੇ ਫੋਨ ਤੇ ਇਦਾਂ ਵੀ ਕਟੋ-ਕਟ 10-15 ਵਾਰੀ ਫੋਨ ਕਰੀਏ ਤੇ ਇੱਕ ਵਾਰੀ ਚੁੱਕਣਾ ਹੁੰਦਾ ਹਾਂਜੀ ਤੇ ਬਾਕੀ ਇਹਨਾਂ ਨੂੰ ਕੋਈ ਸਾਡਾ ਖਿਆਲ ਨਹੀਂ ਆ ਠੀਕ ਹੈ ਜਦੋਂ ਇਹਨਾਂ ਨੂੰ ਸਾਡੀ ਲੋੜ ਆ ਜਾਂ ਗੀਤ ਦੀ ਲੋੜ ਆ ਉਦੋਂ ਜ਼ਰੂਰ ਕੰਟੈਕਟ ਹੁੰਦਾ ਵਾ ਬਾਕੀ ਜਨਾਂ ਚਿਰ ਗੀਤ ਪੂਰਾ ਕੰਪਲੀਟ ਨਹੀਂ ਹੁੰਦਾ ਉਹਨਾਂ ਚਿਰ ਸਾਡੇ ਨਾਲ ਜੁੜੇ ਹੁੰਦੇ ਆ ਉਦੋਂ ਬਾਅਦ ਨਹੀਂ ਨਿੰਮੇ ਮੈਂ ਮਨਮੋਨ ਵਾਰਿਸ ਹੋਰਾਂ ਦੇ ਨਾਲ ਇੱਕ ਵਾਰ ਗੱਲਬਾਤ ਕੀਤੀ ਸੀ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਸਭ ਤੋਂ ਵੱਡਾ ਗੀਤਕਾਰ ਹੁੰਦਾ ਕਿਉਂਕਿ ਗੀਤ ਦਾ ਜਨਮ ਹੀ ਗੀਤਕਾਰ ਦਿੰਦਾ ਗੀਤ ਦੀ ਮਾਂ ਹੁੰਦੀ ਆ ਗੀਤਕਾਰ ਕਿਉਂਕਿ ਗੀਤ ਜਦੋਂ ਬਣ ਜਾਂਦਾ ਲਿਖਿਆ ਜਾਂਦਾ ਉਸ ਤੋਂ ਬਾਅਦ ਸਾਰੇ ਸੈਕੰਡਰੀ ਚੀਜ਼ਾਂ ਹੁੰਦੀਆਂ ਨੇ ਜਿਹੜਾ ਉਸਤੇ ਕੰਮ ਹੁੰਦਾ ਤੁਹਾਡੇ ਨਾਲ ਜਿਹੜੇ ਜੁੜੇ ਰਹੇ ਨੇ ਸਾਰੇ ਇਹ ਕਲਾਕਾਰ ਪੇਮੈਂਟਾਂ ਦਾ ਕਿਸ ਤਰ੍ਹਾਂ ਰਿਹਾ ਪੈਸੇ ਮਿਲਦੇ ਰਹੇ ਕਿਉਂਕਿ ਤੁਸੀਂ 12 1994 ਤੋਂ ਤੁਸੀਂ ਜੁੜੇ ਹੋ ਇਸ ਫੀਲਡ ਦੇ ਨਾਲ ਆਲਮੋਸਟ ਕਾਫੀ ਸਮਾਂ ਹੋ ਗਿਆ 1994 ਤੋਂ ਮੈਂ ਜੁੜਿਆ ਆ 1995 ਤੋਂ ਮੇਰੇ ਗੀਤ ਰਿਕਾਰਡ ਹੋਣੇ ਸ਼ੁਰੂ ਹੋਏ ਆ ਬਾਕੀ ਮੈਂ ਨਹੀਂ ਕਹਿੰਦਾ ਵੀ ਹਰ ਗਾਇਕ ਹੀ ਇਦਾਂ ਦਾ ਵਾ ਜਿਵੇਂ ਕਿ ਅਮਰਿੰਦਰ ਗਿੱਲ ਜੀ ਦੀ ਗੱਲ ਕਰੀਏ ਉਹਨਾਂ ਨਾਲ ਮੇਰੇ ਬਹੁਤ ਵਧੀਆ ਸਬੰਧ ਰਹਿ ਵੀ ਨੇ ਤੇ ਹੁਣ ਵੀ ਨੇ ਇੰਦਰਜੀਤ ਨਿੱਕੂ ਭਾਜੀਆ ਉਹ ਵੀ ਜਾਨੀ ਕਿ ਬੜੇ ਵਧੀਆ ਨੇਚਰ ਉਹਨਾਂ ਦਾ ਬੜੇ ਵਧੀਆ ਤਰ੍ਹਾਂ ਮਿਲਦੇ ਆ ਕੁਲਵਿੰਦਰ ਢਿੱਲੋਂ ਸੀ ਹੋਰ ਵੀ ਹੈਗੇ ਆ ਦੋ ਚਾਰ ਗਾਇਕ ਇਦਾਂ ਦੇ ਜਿਹੜੇ ਕਿ ਜੇ ਗਾਇਕ ਵਧੀਆ ਨੇ ਤੇ ਉਹਨਾਂ ਦਾ ਨੇਚਰ ਵੀ ਵਧੀਆ ਆ ਇਨਸਾਨ ਵੀ ਵਧੀਆ ਨੇ ਕੁਲਵਿੰਦਰ ਢਿੱਲੋਂ ਦਾ ਜੇ ਤੁਸੀਂ ਜ਼ਿਕਰ ਕੀਤਾ ਉਹਦਾ ਕੁਲਵਿੰਦਰ ਦਾ ਗੀਤ ਤੁਹਾਡਾ ਬੜਾ ਮਕਬੂਲ ਹੋਇਆ ਸੀ ਸੁਣਿਆ ਸੀ ਵੀ ਕਿ ਰਾਤੋਂ ਰਾਤ ਸੱਜਣ ਬਦਲ ਗਏ ਹਾਂਜੀ ਬਦਲੇ ਸੱਜਣ ਰਾਤੋਂ ਰਾਤ ਜੀ ਉਹਦੀਆਂ ਉਹਦੀਆਂ ਕੁਝ ਮੁਖੜਾ ਤੁਸੀਂ ਸਾਡੇ ਦਰਸ਼ਕਾਂ ਨੂੰ ਕੱਲ ਸਾਡੇ ਨਾਂ ਬਤਾਇਆ ਅੱਜ ਚੇਤਾ ਵੀ ਨਹੀਂ ਆਇਆ ਕੱਲ ਸਾਡੇ ਨਾ ਬਤਾਇ ਅੱਜ ਚੇਤਾ ਵੀ ਨਹੀਂ ਆਇਆ ਸਾਨੂੰ ਵੇਖਦਿਆਂ ਸਾਰੀ ਅੱਖ ਕੁੰਮਗੀ ਮਥੇ ਤੇ ਵਟ ਪਾਏ ਹੋਏ ਨੇ ਐਦਾਂ ਬਦਲੇ ਸਜਣ ਰਾਤ ਰਾਤ ਜਿਵੇਂ ਕਿਸੇ ਦੇਸ ਖਾਏ ਹੋਏ ਨੇ ਐਦਾਂ ਬਦਲੇ ਸਜਣ ਰਾਤ ਰਾਤ ਜਿਵੇਂ ਕਿਸੇ ਦੇਸ ਖਾਏ ਹੋਏ ਨੇ ਨਵੇਂ ਕਦੇ ਕਦੇ ਇਦਾਂ ਵੀ ਲੱਗਦਾ ਕਿ ਮੇਰੇ ਆਪ ਦੇ ਲਿਖਿਓਏ ਗੀਤ ਮੇਰੀ ਜ਼ਿੰਦਗੀ ਦੇ ਉੱਤੇ ਸਹੀ ਤਰ੍ਹਾਂ ਹੁਣ ਟੁੱਕਦੇ ਜਾਪਦੇ ਨੇ ਕਿਉਂਕਿ ਤੁਸੀਂ ਜਿਵੇਂ ਆਪਣੀ ਫੇਸਬੁੱਕ ਤੇ ਜ਼ਿਕਰ ਕੀਤਾ ਸੀ ਹਾਲਾਤਾਂ ਦਾ ਉਸ ਤਰ੍ਹਾਂ ਲੱਗਦਾ ਕਿ ਇਹ ਸਾਰੇ ਹੁਣ ਬਦਲ ਗਏ ਨੇ ਲੋਕ ਤੁਹਾਡੇ ਨਾਲ ਹਾਂਜੀ ਹਾਂਜੀ ਦੇਸੀ ਰਿਹਾ ਸਾਹਮਣੇ ਆ ਸਭ ਕੁਝ ਜਦੋਂ ਕਿਸੇ ਦਾ ਕਦੇ ਫੋਨ ਹੀ ਨਹੀਂ ਆਇਆ ਕਿਸੇ ਨੇ ਕਦੇ ਕੋਈ ਗੱਲ ਹੀ ਨਹੀਂ ਕੀਤੀ ਠੀਕ ਹੈ ਜੀ ਤੇ ਫਿਰ ਕਲੀਅਰ ਹੀ ਆ ਸਾਫ਼ ਹੀ ਆ ਵੀ ਬਦਲੇ ਹੀ ਆ ਹਾਂਜੀ ਨਵੇਂ ਜਿਵੇਂ ਅਮਰਿੰਦਰ ਗਿੱਲ ਫਿਲਮਾਂ ਦੇ ਵਿੱਚ ਚਲੇ ਕੇ ਬਹੁਤ ਵੱਡਾ ਨਾਮ ਹੋ ਗਿਆ ਅਮਰਿੰਦਰ ਗਿੱਲ ਦਾ 76 ਗੇਲ ਬਹੁਤ ਵੱਡੇ ਸਟਾਰ ਬਣ ਗਏ ਉਸ ਤੋਂ ਬਾਅਦ ਤੁਸੀਂ ਲਖਵਿੰਦਰ ਬਡਾਲੀ ਦੇ ਵੀ ਬਹੁਤ ਗੀਤ ਲਿਖੇ ਨੇ ਕੁਲਵਿੰਦਰ ਢਿੱਲੋਂ ਤਾਂ ਚਲੋ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਦਲਜੀਤ ਦੋਸਾਂਝ ਦਾ ਵੀ ਤੁਸੀਂ ਗੀਤ ਲਿਖਿਆ ਸੀ ਔਰ ਹੁਣ ਵੀ ਅਸੀਂ ਜਦੋਂ ਵੀ ਕੋਈ ਮੈਰਿਜ ਪਾਰਟੀ ਅਟੈਂਡ ਕਰੀ ਉਹਦੇ ਵਿੱਚ ਜ਼ਰੂਰ ਚੱਲਦਾ ਗਿੱਧਾ ਪਾਉਣ ਜੱਟੀਆਂ ਬਨੇਰੇ ਹਿਲ ਤੇ ਉਸ ਗੀਤ ਦਾ ਕਿਵੇਂ ਸਬਬ ਬਣਿਆ ਸੀ ਕਿਉਂਕਿ ਦਲਜੀਤ ਇਸ ਟਾਈਮ ਬਹੁਤ ਵੱਡਾ ਨਾਮ ਆ ਉਸ ਗੀਤ ਦੇ ਕਿਵੇਂ ਉਹਨਾਂ ਦਾ ਸਬਬ ਬਣਿਆ ਸੀ ਔਰ ਕਿੰਨੀ ਪੇਮੈਂਟ ਮਿਲੀ ਸੀ ਉਸ ਗੀਤ ਤੇ ਜੀ ਮੇਰੇ ਸਬੰਧ ਦਿਲਜੀਤ ਨਾਲ ਜਦੋਂ ਮੈਂ ਫੈਂਟੋਨ ਮੈਂ ਵੀ ਕਾਫੀ ਸਾਲ ਕੰਮ ਕੀਤਾ ਰਜਿੰਦਰ ਭਾਜੀ ਹੋਣਾ ਨਾ ਬਹੁਤ ਵਧੀਆ ਇਨਸਾਨ ਨੇ ਉਹ ਠੀਕ ਹੈ ਜੀ ਦਿਲਜੀਤ ਉਹਦੇ ਕੋਲ ਬਾਉਂਡ ਸੀਗਾ ਤਕਰੀਬਨ ਸਾਰੀਆਂ ਟਿਪਾਂ ਇਸ਼ਕ ਦਾ ਉੜਾੜਾ ਤੋਂ ਲੈ ਕੇ ਲੱਗਦਾ ਇਸ਼ਕ ਹੋ ਗਿਆ ਤੱਕ ਦਿਲਜੀਤ ਨੇ ਉੱਥੇ ਕੀਤੀਆਂ ਇਹ ਮੇਰੇ ਉਦੋਂ ਚੰਗੇ ਰਿਲੇਸ਼ਨ ਸੀ ਦਿਲਜੀਤ ਨਾਲ ਉਹ ਦੋਨਾਂ ਨੇ ਉਹ ਗੀਤ ਕੀਤਾ ਸੀ ਕਿਦਾਂ ਬਾਂ ਜਟੀਆਂ ਬਨੇਰੇ ਹਿਲਦੇ ਉਸ ਤੋਂ ਬਾਅਦ ਵੀ ਚਲੋ ਚੰਗੇ ਰਿਲੇਸ਼ਨ ਰਹਿਏ ਜਦੋਂ ਵੀ ਕੋਦੇ ਉਹਨਾਂ ਕੋਈ ਫਿਲਮ ਕਰਨੀ ਹੁੰਦੀ ਸੀ ਤੇ ਬਾਕਾਇਦਾ ਮੈਨੂੰ ਕਾਲ ਜ਼ਰੂਰ ਆਉਂਦੀ ਹੁੰਦੀ ਹੁੰਦੀ ਵੀ ਆਪਾਂ ਕੰਮ ਕਰਨਾ ਠੀਕ ਹੈ ਜੀ ਬਾਕੀ ਜੇ ਪੇਮੈਂਟ ਦੀ ਗੱਲ ਕਰੀਏ ਤੇ ਉਹ ਵੀ ਮੈਂ ਪੇਮੈਂਟ ਨਹੀਂ ਲਈ ਉਹਨਾਂ ਦੇ ਨਾਲ ਚ ਨਹੀਂ ਉਹ ਪੇਮੈਂਟ ਤੁਸੀਂ ਤੁਹਾਨੂੰ ਮਿਲ ਹੀ ਨਹੀਂ ਜਾਂ ਕਿ ਤੁਸੀਂ ਆਪ ਛੱਡਤੀ ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਹੋ ਅਸੀਂ ਦੇਖਿਆ ਵੀ ਹੈ ਤੁਸੀਂ ਤੁਹਾਡਾ ਇਹੀ ਮੇਨ ਕੀਤਾ ਵਾ ਤੁਸੀਂ ਗੀਤਕਾਰੀ ਕਰਦੇ ਹੋ ਹੋਰ ਕੋਈ ਜੌਬ ਨਹੀਂ ਕਰਦੇ ਆ ਕੋਈ ਹੋਰ ਕੰਮ ਨਹੀਂ ਕਰਦੇ ਤਾਂ ਤੁਸੀਂ ਆਪ ਛੱਡਤੀ ਕਿ ਤੁਹਾਨੂੰ ਮਿਲੀ ਨਹੀਂ ਕਿਸ ਤਰ੍ਹਾਂ ਸੀ ਇਹ ਜਦੋਂ ਮਿਲੀ ਨਹੀਂ ਸਮਝੋ ਕਿ ਮੈਂ ਛੱਡਤੀ ਹੂੰ ਬਸ ਇੰਨੀ ਕੁ ਗੱਲ ਆ ਯਾਨੀ ਕਿ ਕਾਫੀ ਵਰੀ ਇਦਾਂ ਮੈਂ ਫੋਨ ਕਰਦਾ ਰਿਹਾ ਮੇਰਾ ਫੋਨ ਨਹੀਂ ਅਟੈਂਡ ਕੀਤਾ ਗਿਆ ਤੇ ਫਿਰ ਮੁੜ ਕੇ ਮੈਂ ਫੋਨ ਕਰਨਾ ਛੱਡਤਾ ਨਿਮੇ ਇਹ ਕਿੰਨੀ ਕਿੰਨਾ ਕਿ ਤਰਾਸਦੀ ਵਾਲਾ ਇਹ ਇਹ ਚੀਜ਼ ਕਿਦਾਂ ਮਹਿਸੂਸ ਕਰਦਾ ਇੱਕ ਗੀਤਕਾਰ ਕਿਉਂਕਿ ਹੁਣ ਵੀ ਬਹੁਤ ਗੀਤਕਾਰ ਨੇ ਪਰ ਇਹ ਵੀ ਆ ਕਿ ਨਾਲ ਜਿਹੜੇ ਚੰਗੇ ਘਰਾਂ ਦੇ ਮੁੰਡੇ ਕੁਝ ਲਿਖਦੇ ਨੇ ਜਿਹੜੇ ਆਰਥਿਕ ਤੌਰ ਤੇ ਸਮਰੱਥ ਨੇ ਉਹਨਾਂ ਨੂੰ ਸ਼ਾਇਦ ਇਹ ਗੱਲਾਂ ਫੇਸ ਨਹੀਂ ਕਰਨੀਆਂ ਪੈਂਦੀਆਂ ਇਦਾਂ ਪਰ ਜਿਹੜਾ ਬਿਲਕੁਲ ਮਤੱਸਰ ਏਸੇ ਚੀਜ਼ ਦੇ ਉੱਤੇ ਆ ਖੁਦ ਉਹਦੇ ਲਈ ਤਾਂ ਇਹ ਬਹੁਤ ਵੱਡੀ ਤਰਾਸਦੀ ਹੈ ਕਿ ਗੀਤ ਦੇ ਪੈਸੇ ਨਹੀਂ ਮਿਲਨੇ ਕਿਉਂਕਿ ਉਹਦੇ ਲਈ ਤਾਂ ਗੀਤ ਜਦੋਂ ਇੱਕ ਗੀਤ ਨੂੰ ਦੇ ਦਿੱਤਾ ਜਾਣਾ ਗੀਤ ਦਾ ਰਿਕਾਰਡ ਹੋ ਜਾਣਾ ਉਹ ਮਹੀਨੇ ਭਰ ਦੇ ਖਰਚੇ ਉਸਦੇ ਪੂਰੇ ਕਰਨ ਵਾਲੀ ਗੱਲ ਹੁੰਦੀ ਹੈ ਜੀ ਜਿਹੜੇ ਚੰਗੇ ਘਰਾਂ ਦੇ ਮੁੰਡੇ ਲਿਖਦੇ ਆ ਹਨਾ ਉਹਨਾਂ ਦੇ ਨਾਲ ਇਹਨਾਂ ਦੀਆਂ ਯਾਰੀਆਂ ਵੀ ਪੱਕੀਆਂ ਹੂੰ ਠੀਕ ਹੈ ਜੀ ਉਹਨਾਂ ਨਾਲ ਹੱਸਣਾ ਖੇਡਣਾ ਬਹਿਣਾ ਸਭ ਕੁਝ ਸਾਂਝਾ ਹੂੰ ਠੀਕ ਹੈ ਜੀ ਫਿਰ ਜੇ ਉਹਨਾਂ ਦੀ ਪੇਮੈਂਟ ਆ ਤੇ ਜਿੱਥੋਂ ਤੱਕ ਮੈਂ ਅੱਜਕੱਲ ਸੁਣ ਰਿਹਾ ਵਾਂ ਵੀ ਫਲਾਣਾ ਗੀਤਕਾਰ ਐ ਗੀਤ ਦਾ ਨੇ 1.5 ਲੱਖ ਲਿਆ ਫਲਾਣੇ ਨੇ 2 ਲੱਖ ਲਿਆ ਉਹਨਾਂ ਨੂੰ ਇਹ ਪੇਮੈਂਟਾਂ ਵੀ ਹਸਕੇ ਕਰਦੇ ਆ ਹੂੰ ਕਿਉਂ ਕਿਉਂ ਇਦਾਂ ਲੱਗਦਾ ਵਾ insani taur te ਕਿਸ ਤਰ੍ਹਾਂ ਦੇ ਇਹ ਇਹ ਕਿਉਂ ਇਹ ਕਿਹੜੀ ਵੱਡੀ ਕਮੀ ਐ ਇਸ ਤਰ੍ਹਾਂ ਕਿਉਂ ਸੋਚਦੇ ਨੇ ਕਿਉਂ ਦਰਕਿਨਾਰ ਕਰ ਦਿੱਤਾ ਜਾਂਦਾ ਜਿਹੜੇ ਅਸਲ ਤੌਰ ਤੇ ਟੈਲੈਂਟਡ ਰਾਈਟਰ ਨੇ ਤੁਹਾਡੇ ਵਰਗੇ ਰਾਈਟਰ ਜਿਨ੍ਹਾਂ ਨੇ ਵਾਕਈ ਬਹੁਤ ਖੂਬਸੂਰਤ ਗੀਤ ਦਿੱਤੇ ਨੇ ਪੰਜਾਬੀ ਇੰਡਸਟਰੀ ਨੂੰ ਇਹ ਜੀ ਮੈਂ ਕਹਿ ਨਹੀਂ ਸਕਦਾ ਕੁਝ ਵੀ ਉਹ ਕਿਉਂ ਇਦਾਂ ਕਰਦੇ ਆ ਬਾਕੀ ਚਲੋ ਮੈਂ ਇੱਕ ਚੰਗੇ ਇਨਸਾਨਾਂ ਦੀ ਵੀ ਗੱਲ ਕਰੂੰਗਾ ਵੀ ਜਿਵੇਂ ਅਮਰਿੰਦਰ ਭਾਜੀ ਨੇ ਅਮਰਿੰਦਰ ਗਿੱਲ ਜੀ ਉਹ ਕਦੇ ਵੀ ਕਿਸੇ ਨਾਲ ਇਦਾਂ ਨਹੀਂ ਕਰਨਗੇ ਉਹ ਕਦੇ ਕਿਸੇ ਦਾ ਹੱਕ ਨਹੀਂ ਰੱਖਦੇ ਠੀਕ ਆ ਜੀ ਹੁਣ ਤੱਕ ਮੈਂ 2000 ਸਾਲ ਤੋਂ ਲੈ ਕੇ ਹੁਣ ਤੱਕ ਉਹਨਾਂ ਨਾਲ ਕਾਫੀ ਕੰਮ ਕੀਤਾ ਵਾ ਔਰ ਮੈਂ ਇਹੋ ਦੇਖਾ ਕਿ ਸਿਰਫ ਇੱਕ ਅਮਰਿੰਦਰ ਗਿੱਲ ਜੀ ਆ ਜੋ ਕਦੇ ਕਿਸ ਦਾ ਹੱਕ ਨਹੀਂ ਰੱਖਦੇ ਪੇਮੈਂਟਾਂ ਮਿਲਦੀਆਂ ਰਹੀਆਂ ਨੇ ਅਮਰਿੰਦਰ ਗਿੱਲ ਵੱਲੋਂ ਸਾਰੀਆਂ ਬਿਲਕੁਲ ਜੀ ਬਿਲਕੁਲ ਔਰ ਉਹਤੇ ਬਿਨਾ ਕਿਸੇ ਐ ਨਹੀਂ ਕਿ ਉਹ ਜੇ ਮੈਂ ਉਹਨਾਂ ਨੂੰ ਗੀਤ ਦਿੱਤਾ ਤੇ ਉਹਨਾਂ ਕੋ ਪੇਮੈਂਟ ਲਈ ਆ ਐ ਨਹੀਂ ਮੈਂ ਬਿਨਾ ਗੀਤ ਦਿੱਤੇ ਤੋਂ ਵੀ ਉਹਨਾਂ ਨੂੰ ਜੋ ਮੈਂ ਕਹਿੰਦਾ ਰਿਆਂ ਮੈਂ ਲੋੜ ਵੇਲੇ ਉਹ ਮੇਰਾ ਪੂਰਾ ਕਰਦੇ ਰਾਇਆ ਅੱਛਾ ਨਿੰਮੇ ਤੁਸੀਂ ਜਦੋਂ ਇਹ ਪੋਸਟ ਪਾਈ ਫੇਸਬੁੱਕ ਤੇ ਉੱਤੇ ਕਿੰਨੇ ਕੁ ਤੁਹਾਨੂੰ ਸਿੰਗਰਸ ਦੇ ਫੋਨ ਆਏ ਜਾਂ ਕਿਹੜੇ-ਕਿਹੜੇ ਐਸੇ ਕਲਾਕਾਰ ਸੀ ਜਿਨ੍ਹਾਂ ਨੇ ਤੁਹਾਡੇ ਤੱਕ ਅਪਰੋਚ ਕੀਤਾ ਕਿ ਨਿੰਮੇ ਤੂੰ ਕਿਹੜੇ ਦੌਰ ਚੋਂ ਲੰਘ ਰਿਹਾ ਸਾਨੂੰ ਦੱਸ ਕਿਦਾਂ ਦੀ ਤੈਨੂੰ ਕੋਈ ਸਮੱਸਿਆ ਵਾ ਅਸੀਂ ਤੇਰੀ ਹੈਲਪ ਕਰਦੇ ਹਾਂ ਮੈਨੂੰ ਭਾਜੀ ਕੋਈ ਸਿੰਗਰ ਦਾ ਫੋਨ ਨਹੀਂ ਆਇਆ ਸਿਰਫ ਇੱਕ ਦੋ ਨੂੰ ਛੱਡ ਕੇ ਜਿਨ੍ਹਾਂ ਨੇ ਕਿ ਮੇਰੇ ਗੀਤ ਵੀ ਨਹੀਂ ਗਾਏ ਹੂੰ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਦੱਸ ਤੈਨੂੰ ਹੈਲਪ ਕੀ ਚਾਹੀਦੀ ਹੈ ਉਹਨਾਂ ਦੇ ਵਿੱਚੋਂ ਇੱਕ ਕਰਤਾਰ ਟਿਵਣਾ ਹੂੰ ਬਾਹਰ ਰਹਿੰਦੇ ਨੇ ਭਾਜੀ ਆਸਟ੍ਰੇਲੀਆ ਹੂੰ ਬਹੁਤ ਵਧੀਆ ਹਨਾ ਉਹਨਾਂ ਨੇ ਰਿਸਪਾਂਸ ਦਿੱਤਾ ਮੈਨੂੰ ਕਹਿੰਦੇ 10 ਤੂੰ ਸਾਨੂੰ ਸੇਵਾ ਦੱਸ ਜੋ ਵੀ ਆ ਇੱਕ ਮੇਰਾ ਵੀਰ ਲੁਧਿਆਣੇ ਤੋਂ ਜੈਦੀਪ ਹਮ ਸਿਰਫ ਇਹ ਦੋ ਸਿੰਗਰਾਂ ਦੇ ਮੈਨੂੰ ਫੋਨ ਆਇਆ ਹੋਰ ਕਿਸੇ ਜਿਨ੍ਹਾਂ ਨੇ ਮੇਰੇ ਗੀਤ ਗਾਏ ਉਹਨਾਂ ਚ ਕਿਸੇ ਦਾ ਨਹੀਂ ਆਇਆ ਅੱਛਾ ਨਿੰਮੇ ਲੋਹਾਰਕੇ ਨੂੰ ਹੁਣ ਤੱਕ ਜੇ ਗੱਲ ਕਰੀਏ ਤੁਸੀਂ ਬਹੁਤ ਗੀਤ ਲਿਖਦੇ ਨੇ ਕਾਫੀ ਗੀਤ ਹੋਣੇ ਆ ਤੁਹਾਡੇ ਤੁਸੀਂ ਸਭ ਤੋਂ ਵੱਧ ਪੇਮੈਂਟ ਕਿਹੜੇ ਗੀਤ ਦੀ ਮਿਲੀ ਆ ਕਿੰਨੀ ਕੁ ਪੇਮੈਂਟ ਮਿਲੀ ਹਾਈਐਸਟ ਪੇਮੈਂਟ ਦੀ ਜੇਕਰ ਗੱਲ ਕਰੀਏ ਜੀ ਸਭ ਤੋਂ ਵੱਧ ਪੇਮੈਂਟ ਜੀ ਮੈਨੂੰ ਕੀ ਸਮਝਾਈ ਸੱਜਣਾ ਇਹਨਾਂ ਨੈਣ ਕਮਲਿਆ ਨੂੰ ਅਮਰ 25000 ਰੁਪਏ ਹੋਰ ਨਦਰਾਂ ਚ ਨਿਮੇਲੋ ਹਰਕੇ ਦੇ ਨਾਲ ਗੱਲਬਾਤ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਮੌਜੂਦਾ ਸਮੇਂ ਦੇ ਵਿੱਚ ਜਦੋਂ ਕਲਾਕਾਰ ਡੇਡਡ ਕਰੋੜ ਦੀ ਗੱਡੀ ਰੱਖਦਾ ਹੈ ਪੋਰਸ਼ ਔਰ ਰੇਂਜ ਰੋਵਰ ਵਰਗੀਆਂ ਗੱਡੀਆਂ ਦੇ ਵਿੱਚ ਕਲਾਕਾਰ ਸਫ਼ਰ ਕਰਦੇ ਨੇ ਔਰ ਮੈਨੂੰ ਲੱਗਦਾ ਕਿ ਜਿੱਥੇ ਕਲਾਕਾਰ ਠਹਿਰਦੇ ਨੇ ਇੱਕ ਇੱਕ ਵਾਰ ਦੇ ਇੱਕ ਇੱਕ ਰਾਤ ਦੇ ਕਿਰਾਏ 25-25000 ਤੱਕ ਚਲੇ ਜਾਂਦੇ ਨੇ ਔਰ ਬਿਜ਼ਨਸ ਕਲਾਸ ਦੇ ਵਿੱਚ ਸਫ਼ਰ ਕੀਤਾ ਜਾਂਦਾ ਉਸ ਦੌਰ ਦੇ ਵਿੱਚ ਗੀਤਕਾਰ ਦੀ ਤੁਸੀਂ ਇਹ ਹਾਲਤ ਦੇਖ ਸਕਦੇ ਹੋ ਕੀ ਹਾਲਤ ਹੈ ਗੀਤਕਾਰ ਦੀ ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਜਿਸ ਤਰ੍ਹਾਂ ਮਹਿੰਗਾਈ ਵੱਧ ਰਹੀ ਹੈ ਗੀਤਕਾਰਾਂ ਨੂੰ ਉਹ ਸਾਬਨਾ ਪੇਮੈਂਟ ਨਹੀਂ ਮਿਲ ਪਾ ਰਹੀ ਨਿੰਮਲੋਹਾਰਕਾ ਕੋਈ ਅਜਿਹਾ ਪਹਿਲੇ ਸ਼ਖਸ ਨਹੀਂ ਹੈਗੇ ਜਿਨ੍ਹਾਂ ਦੇ ਨਾਲ ਇਹ ਤਰਾਸਦੀ ਹੋ ਰਹੀ ਹੋਏ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਆ ਨੰਦਲਾਲ ਨੂਰਪੁਰੀ ਤੋਂ ਲੈ ਕੇ ਆ ਹਾਲ ਹੀ ਦੇ ਵਿੱਚ ਦੀਪੂ ਕਾਕੋਵਾਲੀਆ ਦੇ ਵੱਲੋਂ ਕੀਤੀ ਗਈ ਖੁਦਕੁਸ਼ੀ ਇਸੇ ਗੱਲ ਤੇ ਮੋਹਰ ਲਾਉਂਦੀ ਹੈ ਕਿ ਕਿੰਨਾ ਮਾੜਾ ਬਤਾਰਾ ਚੱਲ ਰਿਹਾ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਲਗਾਤਾਰ ਅਸੀਂ ਨਿੰਮਲੋਹਾਰਕੇ ਦੇ ਨਾਲ ਆ ਉਹਨਾਂ ਦੇ ਪਿੰਡ ਦੇ ਵਿੱਚ ਹੀ ਮੌਜੂਦ ਆ ਅਸੀਂ ਤਾਂ ਉਹਨਾਂ ਦਾ ਘਰ ਬਾਰੇ ਵੀ ਹਾਲਾਤਾਂ ਬਾਰੇ ਵੀ ਦੱਸਾਂਗੇ ਨਿੰਮੇ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਔਰ ਹੁਣ ਨਿੰਮਾ ਲੋਹਾਰਕਾ ਹੋਰ ਮਾਰਕੀਟ ਦੇ ਵਿੱਚ ਕੀ ਕੀ ਲੈ ਕੇ ਆ ਰਿਹਾ ਔਰ ਕਿਹੜੇ ਕਿਹੜੇ ਸਬਕ ਨਿੰਮੇ ਲੋਹਾਰਕੇ ਨੇ ਲਏ ਨੇ ਬੀਤੇ ਸਮੇਂ ਦੇ ਵਿੱਚ ਨਿੰਮੇ ਹੁਣ ਮਾਰਕੀਟ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਟ੍ਰੈਂਡ ਚੇਂਜ ਹੋਇਆ ਜੀ ਬਿਲਕੁਲ ਚੀਜ਼ਾਂ ਚੇਂਜ ਹੋ ਗਈਆਂ ਸਿੰਗਲ ਦਾ ਦੌਰ ਚੱਲ ਪਿਆ ਮੈਨੂੰ ਲੱਗਦਾ ਹੁਣ ਉਹ ਕੈਸੇਟ ਦਾ ਬਿਲਕੁਲ ਕਲਚਰ ਖਤਮ ਹੋ ਗਿਆ ਇੱਕੋ ਗੀਤ ਆਂਦਾ ਵਾ ਔਰ ਕਾਫੀ ਉਹ ਕੂਹ ਕਰਕੇ ਚੋਣ ਕਰਕੇ ਗੀਤ ਲਿਆ ਜਾਂਦਾ ਮੌਜੂਦਾ ਸਮੇਂ ਦੇ ਵਿੱਚ ਹੁਣ ਨਿੰਮਲ ਹਰ ਕੇ ਨੇ ਆਪਣੇ ਆਪ ਨੂੰ ਇਸ ਟ੍ਰੈਂਡ ਤੇ ਨਾਲ ਚਲਾਉਣ ਤੇ ਲਈ ਕੀ ਕੁਝ ਬਦਲਾਵ ਕੀਤੇ ਨੇ ਆਪਣੀ ਲੇਖਣੀ ਦੇ ਵਿੱਚ ਵੀ ਕੁਝ ਬਦਲਾਵ ਲਿਆਇਓ ਹਾਂਜੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਹੁਣ ਮੈਂ ਆਪਣੇ ਚਲੋ ਮੈਂ ਊਡ ਪਟਾੰਗ ਤੇ ਨਹੀਂ ਲਿਖ ਸਕਦਾ ਜਿਵੇਂ ਗੰਡਾਸਿਆਂ ਤੇ ਰਫਲਾਂ ਤੇ ਇਹਰਾ ਵਗੈਰਾ ਇਦਾਂ ਨਹੀਂ ਯਾਨੀ ਕਿ ਮੈਂ ਬਦਮਾਸ਼ ਨਹੀਂ ਬਣ ਸਕਦਾ ਗੀਤਾਂ ਚ ਠੀਕ ਹੈ ਜੀ ਬਾਕੀ ਇੱਕ ਟ੍ਰੈਂਡਿੰਗ ਗੀਤ ਜਿਵੇਂ ਕਿ ਅ ਵਧੀਆ ਵੈਡਿੰਗ ਵਗੈਰਾ ਚੱਲਣ ਵਾਂ ਸ਼ਾਦੀਆਂ ਚ ਉਧਰ ਨੂੰ ਮੈਂ ਜਰੂਰ ਆ ਰਿਹਾ ਵਾਂ ਕਿ ਹੁਣ ਕੁਝ ਬੈਟਰ ਕਰਨਾ ਵਾ ਤੇ ਮੇਰਾ ਪਿੱਛੇ ਜੇ ਆ ਥੋੜੇ ਦਿਨ ਪਹਿਲਾਂ ਇੱਕ ਗੀਤ ਆਇਆ ਵੀ ਆ ਰਸ ਰਸ ਬਹਿਨਾ ਬਾਈ ਅਰਸ਼ਮੈਣੀ ਦਾ ਗਾਇਆ ਸੀ ਔਰ ਉਹ ਗੀਤ ਕਾਫੀ ਪਸੰਦ ਕੀਤਾ ਗਿਆ ਵਾ ਇਸ ਦੌਰ ਚ ਤੇ ਹੁਣ ਗਾਹਾਂ ਆਪਾਂ ਕਰ ਰਹੇ ਆ ਮੇਰੇ ਭਤੀਜਾ ਹੀ ਆ ਤੇ ਉਹਦਾ ਕਰ ਰਹੇ ਆ ਗੋਰਾ ਟਵਾਲ ਦਾ ਗਾਣਾ ਤੇ ਉਮੀਦ ਆ ਕਿ ਉਹ ਗਾਣੇ ਤੋਂ ਕਾਫੀ ਵੱਡਾ ਰਿਸਪੌਂਸ ਆਊਗਾ ਨਿਵੇਂ ਦੇ ਆਮ ਦੇਖਿਆ ਜਾਂਦਾ ਚਾਹੇ ਜਿਹੜੇ ਰਾਈਟਰ ਸੀਗੇ ਉਹ ਬਹੁਤ ਸਿੰਗਰ ਬਣ ਗਏ ਖੁਦ ਵੀ ਉਹ ਗਾਇਕੀ ਦੇ ਖੇਤਰ ਦੇ ਵਿੱਚ ਆ ਗਏ ਕਈਆਂ ਨਾਲ ਗੱਲਬਾਤ ਹੋਈ ਹੈ ਤਕਰੀਬਨ ਸਭ ਦਾ ਦੁੱਖ ਇਹੀ ਸੀਗਾ ਕਿ ਸਾਡੀਆਂ ਪੇਮੈਂਟਾਂ ਬਹੁਤ ਘੱਟ ਹੁੰਦੀਆਂ ਸੀਗੀਆਂ ਅਸੀਂ ਇਸ ਕਰਕੇ ਆ ਗਏ ਚਾਹੀਓ ਪਾਲੀ ਦੇਤ ਵਾਲੀਏ ਤੋਂ ਲੈ ਕੇ ਗੱਲ ਕੀਤੀ ਜਾਵੇ ਉਹਨਾਂ ਦੇ ਨਾਲ ਵੀ ਮੈਂ ਗੱਲਬਾਤ ਕੀਤੀ ਸੀ ਕਹਿੰਦੇ ਕਿ ਮੇਰੇ ਮੇਰਾ ਆਰਥਿਕ ਤੌਰ ਤੇ ਮੈਂ ਬਹੁਤ ਮੇਰੀ ਹਾਲਤ ਬੜੀ ਮੰਦੀ ਸੀ ਮੈਂ ਤਾਂ ਇਸ ਪਾਸੇ ਆਇਆ ਔਰ ਹੁਣ ਮੈਂ ਕਹਿੰਦੇ ਬਹੁਤ ਖੁਸ਼ ਹਾਂ ਕਿ ਮੇਰਾ ਜਿਹੜਾ ਮੈਂ ਪਿੱਛੇ ਫੈਸਲਾ ਲਿਆ ਉਹ ਫੈਸਲਾ ਬਹੁਤ ਵਧੀਆ ਸੀ ਬੀਤ ਬਲਜੀਤ ਦੀ ਗੱਲ ਕੀਤੀ ਜਾਵੇ ਅਮਰਤਮਾਨ ਦੀ ਗੱਲ ਕੀਤੀ ਜਾਵੇ ਇਹ ਸਾਰੇ ਆਪ ਪਹਿਲਾਂ ਰਾਈਟਰ ਸੀਗੇ ਉਸ ਤੋਂ ਬਾਅਦ ਸਿੰਗਿੰਗ ਦੇ ਵਿੱਚ ਆ ਗਏ ਤੁਹਾਨੂੰ ਨਹੀਂ ਲੱਗਿਆ ਇੰਨੇ ਸਮੇਂ ਦੌਰਾਨ ਕਿ ਖੁਦ ਆ ਜਾਣਾ ਚਾਹੀਦਾ ਹੈ ਖੁਦ ਨੂੰ ਹੋਰ ਤਰਾਸ਼ ਲੈਣਾ ਚਾਹੀਦਾ ਕਿਉਂਕਿ ਵਰਤੋਂ ਵਾ ਜਿੰਨੇ ਵੀ ਤੁਸੀਂ ਗੀਤ ਦਿੱਤੇ ਨੇ ਕੰਪੋਜੀਸ਼ਨਾਂ ਸਾਰੀਆਂ ਤੁਹਾਡੀਆਂ ਆਪਣੀਆਂ ਨੇ ਜੋ ਆਪ ਦੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਔਰ ਕਦੇ ਕਿਸੇ 뮤직 ਡਾਇਰੈਕਟਰ ਦੇ ਵੱਲੋਂ ਔਰ ਸਿੰਗਰ ਵੱਲੋਂ ਇਸ ਚੀਜ਼ ਨੂੰ ਨਹੀਂ ਸਾਹਮਣੇ ਲੈ ਕੇ ਆਇਆ ਜਾਂਦਾ ਕਿ ਕੰਪੋਜੀਸ਼ਨ ਕਿਦੀ ਹੈ ਹਾਂਜੀ ਹਾਂਜੀ ਨਹੀਂ 뮤직 ਡਾਇਰੈਕਟਰ ਤੇ ਕਦੇ ਵੀ ਨਹੀਂ ਕਹਿਣਗੇ ਹਮ ਕਦੇ ਵੀ ਨਹੀਂ 뮤직 ਡਾਇਰੈਕਟਰ ਕਹਿੰਦਾ ਕਿ ਕੰਪੋਜੀਸ਼ਨ ਰਾਈਟਰ ਦੀ ਆ ਹਮ ਔਰ ਚਲੋ ਜਿੱਥੋਂ ਤੱਕ ਮੈਂ ਨਸ਼ੱਤਰ ਉਹਨਾਂ ਦੀ ਗੱਲ ਕਰੂੰਗਾ ਨਸ਼ੱਤਰ ਭਾਜੀ ਉਹਨਾਂ ਦੀ ਕਿਉਂਕਿ ਜਦੋਂ ਕਿਤੇ ਮੇਰਾ ਗੀਤ ਦਾ ਜ਼ਿਕਰ ਹੋਵੇ ਦੇਲਦੇ ਤਾਨੀ ਠੋਕਰਾਂ ਲਾਉਣ ਵਾਸਤੇ ਹਮੇਸ਼ਾ ਉਹਨਾਂ ਦੇ ਮੂੰਹ ਮੇ ਇਹ ਸੁਣਦਾ ਰਿਹਾ ਕਿ ਕੰਪੋਜੀਸ਼ਨ ਨਿਮੇ ਦੀ ਆ। ਹਮ ਬਾਕੀ ਮੈਂ ਅੱਜ ਤੱਕ ਨਹੀਂ ਵੇਖਿਆ। ਤਕਰੀਬਨ ਮਿਊਜ਼ਿਕ ਡਾਇਰੈਕਟਰ ਆਪਣਾ ਹੀ ਕਰਨਗੇ ਵੀ ਆ ਦੇਖੋ ਮੈਂ ਕੰਪੋਜੀਸ਼ਨ ਕੀਤੀ ਮੈਂ ਕੰਪੋਜੀਸ਼ਨ ਕੀਤੀ। ਬੜੇ ਘੱਟ ਲੋਕ ਹੋਣ ਕਿਦਾਂ ਦੇ। ਨਿਮੇ ਜਿਹੜੀਆਂ ਤੁਹਾਡੀਆਂ ਪੇਮੈਂਟਾਂ ਮਰ ਗਈਆਂ ਗੀਤਾਂ ਦੀਆਂ ਹੁਣ ਵੀ ਬਹੁਤ ਮਾਰਕੀਟ ਦੇ ਵਿੱਚ ਪੇਮੈਂਟਾਂ ਮਰੀਆਂ ਹੋਣਗੀਆਂ। ਕੋਸ਼ਿਸ਼ ਕੀਤੀ ਹੈ ਕਦੀ ਉਹਨਾਂ ਤੱਕ ਪਹੁੰਚ ਕਰਨ ਦੀ ਜਾਂ ਫਿਰ ਕੰਪਨੀ ਵਾਲਿਆਂ ਦੇ ਨਾਲ ਗੱਲਬਾਤ ਕਰਨ ਦੀ। ਇਸ ਤਰ੍ਹਾਂ ਜਿਨ੍ਹਾਂ ਨੇ ਤੁਹਾਡੇ ਨਾਲ ਕੀਤਾ ਹੁਣ ਕਦੀ ਉਹ ਮਿਲੇ ਨੇ ਲੋਕ ਕਿਉਂਕਿ ਟ੍ਰੈਂਡ ਵਿੱਚ ਬਹੁਤ ਚੇਂਜ ਹੋਇਆ ਹੁਣ ਸਾਰਾ ਕੁਝ ਡਿਜੀਟਲ ਹੋ ਗਿਆ ਨਹੀਂ ਭਾਜੀ ਹੁਣ ਤੇ ਮੈਨੂੰ ਚੇਤੇ ਭੁੱਲ ਗਏ ਵੀ ਕਿਹਦੀ ਕਿਹਦੀ ਕੋਲੋਂ ਕੀ ਕੀ ਲੈਣਾ ਹੂੰ ਯਾਦ ਨਹੀਂ ਉਹ ਗੱਲਾਂ ਰਹੀਆਂ ਹੋਣਾ ਤੇ ਕੁਝ ਨਹੀਂ ਇਦਾਂ ਦਾ ਹੋਣਾ ਹੂੰ ਔਰ ਮੈਂ ਜਦੋਂ ਉਹ ਉਹਨਾਂ ਦਿਨਾਂ 'ਚ ਉਮੀਦ ਟੁੱਟ ਗਈ ਤੇ ਹੁਣ ਕੀ ਉਮੀਦ ਰੱਖਾਂਗੇ ਉਹਨਾਂ ਦਾ ਠੀਕ ਹੈ ਜੀ ਆਖਰੀ ਵਾਰ ਅਮਰਿੰਦਰ ਗਿੱਲ ਦੇ ਨਾਲ ਕਦੋਂ ਗੱਲਬਾਤ ਹੋਈ ਉਹਨਾਂ ਦੀ ਹੁਣ ਵੀ ਫਿਲਮ ਆ ਰਹੀ ਹੈ ਲਾਈਏ ਜੇ ਜਾ ਰਹੀਆਂ ਹਾਂ ਜੀ ਉਹਨਾਂ ਦੇ ਨਾਲ ਕੋਈ ਅਜ ਤੋਂ ਕੋਈ 4-5 ਕਿ ਮਹੀਨੇ ਪਹਿਲਾਂ ਜਦੋਂ ਭੱਜੋ ਵੀਰੋ ਵੇ ਫਿਲਮ ਦਾ ਸ਼ੂਟ ਚੱਲ ਰਿਹਾ ਸੀ ਸਾਡੇ ਅਮਰਸਾਰੀ ਉਦੋਂ ਉਹਨਾਂ ਦੀ ਕਾਲ ਆਈ ਸੀ ਵੀ ਨਿਮੇ ਸੈੱਟ ਤੇ ਆ ਉਦੋਂ ਮੈਂ ਗਿਆ ਉਦੋਂ ਮੁਲਾਕਾਤ ਹੋਈ ਚਲੋ ਗਾਂ ਆਉਣ ਵਾਲੇ ਟਾਈਮ ਤੇ ਅਸੀਂ ਕਾਫੀ ਕਰਾਂਗੇ ਵਰਕ ਫੇਅਰ ਇਕੱਠੇ ਜੀ ਨਿਮੇ ਇਹ ਜਿਹੜਾ ਦੌਰ ਚੱਲ ਰਿਹਾ ਪੰਜਾਬੀ ਗਾਇਕੀ ਦਾ ਦੌਰ ਆ ਬੜੇ ਮਤਲਬ ਟੀਮਾਂ ਬਣਾ ਬਣਾ ਕੇ ਕੰਮ ਹੋ ਰਹੇ ਨੇ ਬੜੀ ਤਰ੍ਹਾਂ ਦੇ ਅੰਤਰਰਾਸ਼ਟਰੀ ਆਰਟਿਸਟਾਂ ਦੇ ਨਾਲ ਫਿਊਜ਼ਨ ਹੋ ਰਿਹਾ ਪਰ ਜਿਹੜੇ ਤੁਹਾਡੇ ਵਰਗੇ ਰਾਈਟਰ ਨੇ ਤੁਸੀਂ ਮਤਲਬ ਜੋ ਲਿਖਿਆ ਬਹੁਤ ਬਾਖਮਾਲ ਲਿਖਿਆ ਵਾ ਜਿਹੜੇ ਉਹ ਗੀਤ ਨੇ ਮੈਨੂੰ ਲੱਗਦਾ ਸਦਾ ਬਾਹਰ ਗੀਤ ਨੇ ਕੀ ਸਮਝਾਈਏ ਸੱਜਣਾ ਨੈਣ ਕਮਲਿਆਂ ਨੂੰ ਚਾਹੇ ਗੀਤ ਹੋਵੇ ਜਾਂ ਬਹੁਤ ਗੀਤ ਨੇ ਮੋਰਿੰਦਰ ਗਿੱਲ ਨੂੰ ਮੈਨੂੰ ਲੱਗਦਾ ਸ਼ੁਰੂਆਤੀ ਤੌਰ ਤੋਂ ਤੁਸੀਂ ਉਹਨਾਂ ਦੇ ਨਾਲ ਜੁੜੇ ਹੋਏ ਹੋ ਜਿਹੜਾ ਤੁਹਾਡਾ ਗੀਤ ਸੀਗਾ ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ ਇਹਦੇ ਤੋਂ ਬੋਲ ਗੁੰਗੁਣਾ ਦਿਓ ਤੇ ਦੱਸ ਦਿਓ ਕਿ ਕਿੱਦਾਂ ਇਹ ਗੀਤ ਬਣਿਆ ਸੀਗਾ ਕਿੱਦਾਂ ਅਮਰਿੰਦਰ ਨਾਲ ਸਾਰਾ ਟਾਈ ਅਪ ਹੋਇਆ ਜਾਂ ਅਮਰਿੰਦਰ ਗਿੱਲ ਨਾਲ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਕਿਵੇਂ ਮਿਲੇ ਸ਼ੁਰੂਆਤੀ ਦੌਰ ਤੇ ਜੀ ਜਦੋਂ ਮੇਰੇ ਗੀਤ ਜਿਵੇਂ ਨਿੱਕੂ ਇੰਦਰਜੀਤ ਨਿੱਕੂ ਹੁਣਾਂ ਨੇ ਗਾਏ ਹੈ ਆਏ ਸਾਡੀ ਆਏ ਸਾਡੀ ਜਾਨ ਨਿਕਲੇ ਹਮਮ ਕੁਲਵਿੰਦਰ ਢਿੱਲੋਂ ਦੇ ਕਾਫੀ ਗੀਤ ਆਏ ਫੈਂਟਨ ਕੰਪਨੀ ਤੋਂ ਉਹਨਾਂ ਦਿਨਾਂ 'ਚ ਚਲੋ ਮੇਰੇਂਦਰ ਹੁਣਾਂ ਨੂੰ ਮੇਰੇ ਬਾਰੇ ਪਤਾ ਲੱਗਿਆ ਹੋਊਗਾ ਵੀ ਸਾਡੇ ਅਮਰਸਰ ਤੋਂ ਲੋਹਾਰ ਕੇ ਪਿੰਡ ਤੋਂ ਕੋਈ ਹਨਾ ਉਹ ਫਿਰ ਪਿੰਡ ਆਏ ਸੀ ਘਰੇ ਆਏ ਸੀ ਉਦੋਂ ਉਦੋਂ ਆਏ ਸੀ ਤੇ ਉਹ ਮੈਨੂੰ ਨਾਲ ਲੈ ਕੇ ਖਾਲਸਾ ਕਾਲਜ ਹਮਮ ਪਰ ਖਾਲਸਾ ਕਾਲਜ ਬੈਠਿਆ ਜਦੋਂ ਮੈਂ ਉਹਨਾਂ ਨੂੰ 2-4 ਹੋਰ ਗੀਤ ਸੁਣਾਏ ਫਿਰ ਉਹਨਾਂ ਦੇ ਵਿੱਚ ਗੀਤ ਸੀਗਾ ਆਪਣਾ ਹਾਏ ਤੇਰੀ ਤਕਣੀ ਕਮਾਲ ਕਰ ਗਈ ਬੱਲੀਏ ਬਲੌਰਿਆ ਖਵਾ ਲਈ ਤੇ ਉਹਨਾਂ ਨੇ ਗਾਣਾ ਉਹਨਾਂ ਨੂੰ ਕਾਫੀ ਵਧੀਆ ਲੱਗਿਆ ਫਿਰ ਉਹਨਾਂ ਨੇ ਆਪਣਾ ਜੋ ਉਹਨਾਂ ਦਾ ਫਰੈਂਡ ਸਰਕਲ ਆ ਬੜੇ ਵਧੀਆ ਸਾਰੇ ਉਹਨਾਂ ਦੇ ਮਿੱਤਰ ਨੇ ਉਹਨਾਂ ਦੇ ਨਾਲ ਸ਼ੇਅਰ ਕੀਤਾ ਸਾਂਝਾ ਕੀਤਾ ਸੁਣਾਇਆ ਤੇ ਸਾਰਿਆਂ ਨੇ ਕਿਹਾ ਗਾਣਾ ਵਧੀਆ ਚਲੋ ਜੀ ਉਹ ਗਾਣਾ ਰਿਕਾਰਡ ਹੋ ਗਿਆ ਉਸ ਤੋਂ ਬਾਅਦ ਚਲੋ ਸਾਡਾ ਬਾਅਦ ਚ ਬੇਹੱਦ ਗੀਤ ਕੀਤੇ ਹਮੜੇ ਇਕੱਠਿਆਂ ਨੇ। ਨੀ ਮੈਂ ਹੋਰ ਕੋਈ ਪ੍ਰੋਫੈਸ਼ਨ ਕਦੇ ਕੰਮ ਕੀਤਾ ਵਾ ਕਿ ਸ਼ੁਰੂ ਤੋਂ ਗੀਤਕਾਰੀ ਦੇ ਵਿੱਚ ਹੀ ਪੈ ਗਏ ਸੀਗੇ ਫੈਮਿਲੀ ਵਾਈਜ਼ ਤੁਸੀਂ ਕੋਈ ਘਰਦਿਆਂ ਦਾ ਕੋਈ ਕੰਮ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਜੌਬ ਕੀਤੀ ਹੋਵੇ। ਨਹੀਂ ਜੀ ਨਹੀਂ ਮੈਂ ਜੌਬ ਕੋਈ ਨਹੀਂ ਕੀਤੀ। ਮੈਂ 1994 ਵਿੱਚ ਜੌਬ ਦਾ ਬਹਾਨਾ ਲਾ ਕੇ ਜ਼ਰੂਰ ਕਰਦਿਆਂ ਨੂੰ ਗਿਆ ਕਿ ਮੈਂ ਜੌਬ ਪੁਲਿਸ ਵਿੱਚ ਭਰਤੀ ਹੋਣ ਚੱਲਿਆ। ਹੂੰ। ਬਟ ਮੈਂ ਗਿਆ ਲੁਧਿਆਣੇ ਸੀਗਾ ਮੈਨੂੰ ਦਿਮਾਗ 'ਚ ਸੀਗਾ ਕਿ ਲੁਧਿਆਣ ਜਿੰਨੇ ਵੀ ਵੱਡੇ ਸਿੰਗਰ ਆ ਸਾਰੇ ਲੁਧਿਆਣੇ ਰਹਿੰਦੇ ਆ ਮੈਨੂੰ ਗੀਤਕਾਰੀ ਗਾਇਕੀ ਦਾ ਕੀੜਾ ਮੈਨੂੰ ਉੱਥੇ ਲੈ ਗਿਆ ਮੈਂ ਜੋਬ ਨਹੀਂ ਕੀਤੀ ਅੱਜ ਤੱਕ ਮੈਂ ਕੋਈ ਕੰਮ ਨਹੀਂ ਕੀਤਾ ਠੀਕ ਹੈ ਸਿਰਫ ਮੇਰੇ ਸੇ ਲਾਈਨ 'ਚ ਜੁੜਿਆ ਰਿਹਾ ਵਧੀਆ ਚੱਲ ਰਿਹਾ ਸੀ ਹੁਣ ਹੀ ਥੋੜਾ ਜਿਹਾ ਕੋਈ ਸਾਲ ਡੇਢ ਸਾਲ 2 ਸਾਲ ਤੋਂ ਸਲੰਪ ਸੀਗਾ ਤੇ ਉਹ ਵੀ ਚਲੋ ਪ੍ਰਮਾਤਮਾ ਦੀ ਕਿਰਪਾ ਹੋਗੀ ਜਰੂਰ ਹੁਣ ਉਮੀਦ ਆ ਕਿ ਕਾਫੀ ਚੰਗਾ ਕੰਮ ਆਊਗਾ ਅਮਰਿੰਦਰ ਦੇ ਨਾਲ ਵੀ ਆਪਣੇ ਹੋਰ ਵੀ ਸਿੰਗਰਾ ਦੇ ਕਾਫੀ ਜਿੱਦਾਂ ਕੁਲਵਿੰਦਰ ਬਿੱਲਾ ਜੀ ਸ਼ਾਇਦ ਉਹਨਾਂ ਨਾਲ ਵੀ ਹੁਣ ਜਲਦੀ ਆਪਣਾ ਗੀਤ ਆਊਗਾ ਤੇ ਹੋਰ ਵੀ ਕਾਫੀ ਨੇ ਨਵੇਂ ਮੁੰਡੇ ਕਾਫੀ ਨੇ ਨਿਮੇ ਗੀਤ ਤੁਸੀਂ ਜਿਹੜਾ ਦੌਰ ਦੇਖਿਆ ਵਾ ਜਿਸ ਤਰ੍ਹਾਂ ਦੇ ਹਾਲਾਤ ਦੇਖੇ ਨੇ ਉਸ ਤੋਂ ਕੀ ਕੀ ਕੁਝ ਕੱਢੀ ਆ ਆਉਟਪੁੱਟ ਕੀ ਸੋਚਦੇ ਹੋ ਕਿ ਹੁਣ ਜਦੋਂ ਕੋਈ ਵੀ ਤੁਹਾਡੇ ਤੱਕ ਪਹੁੰਚ ਕਰੂਗਾ ਗੀਤ ਲੈਣ ਦੀ ਨਿਮਮਾ ਲੋਹਾਰ ਕਾ ਇੱਕ ਫਿਕਸ ਪ੍ਰਾਈਸ ਦੱਸੂਗਾ ਕਿ ਮੈਂ ਲੱਖ ਰੁਪਏ ਲੈਣਾ ਗੀਤ ਦਾ ਜਾਂ ਮੈਂ 50000 ਰੁਪਏ ਲੈਣੇ ਆ ਕਿ ਹੁਣ ਵੀ ਨਿਮਮਾ ਉਦਾਂ ਹੀ ਸ਼ਰਮਾਉਣ ਵਾਲੇ ਅੰਦਾਜ਼ ਦੇ ਵਿੱਚ ਮੰਗੂਗਾ ਹੀ ਨਹੀਂ ਤੁਸੀਂ ਆਪ ਅਸੀਂ ਗੱਲ ਕਰ ਰਹੇ ਤੁਸੀਂ ਜਦੋਂ ਕਿਹਾ ਕਿ ਮੈਂ ਸਾਰਾ ਸਾਰਾ ਦਿਨ ਲੰਘ ਜਾਂਦਾ ਸੀ ਮੈਂ ਗੱਲ ਹੀ ਨਹੀਂ ਕਰ ਪਾਉਂਦਾ ਸੀਗਾ ਕਿ ਮੈਨੂੰ ਮੇਰੀ ਮਿਹਨਤ ਦਾ ਮੁੱਲ ਦੇ ਤੋ ਨਹੀਂ ਭਾਜੀ ਮੈਂ ਪਹਿਲਾਂ ਨਾ ਸਭ ਤੋਂ ਪਹਿਲਾਂ ਹੁ ਦੋ ਚਾਰ ਗੀਤ ਹਿੱਟ ਦਊਗਾ ਹੂੰ ਉਸ ਤੋਂ ਬਾਅਦ ਫਿਰ ਮੈਂ ਡਿਸਾਈਡ ਕਰੂੰਗਾ ਕਿ ਮੈਂ ਕੀ ਲੈਣਾ ਹੁਣ ਕਿਸੇ ਕੋਲੋਂ ਹੂੰ ਠੀਕ ਹੈ ਜੀ ਸਭ ਤੋਂ ਪਹਿਲਾਂ ਮੇਰਾ ਹੁਣ ਮੈਂ ਇਹੀ ਸੋਚਦਾ ਵੀ ਮੈਂ ਦੋ ਚਾਰ ਗੀਤ ਹੂੰ ਹਿੱਟ ਦੇ ਦਾਂ ਇੱਕ ਵਾਰ ਇੰਡਸਟਰੀ 'ਚ ਤੇ ਉਸ ਤੋਂ ਬਾਅਦ ਫਿਰ ਮੈਂ ਜੋ ਵੀ ਮੈਨੂੰ ਲੱਗਦਾ ਹੋਇਆ ਵੀ ਆ ਮੈਂ ਜਾਇਜ਼ ਆ ਹੂੰ ਉਹ ਮੈਂ ਲੋਕਾਂ ਕੋਲ ਲਾਉਂਗਾ ਜ਼ਰੂਰ ਲਾਉਂਗਾ ਨਾ ਮੈਂ ਕਲਾਕਾਰ ਹਰ ਸਾਲ ਗਰਮੀਆਂ ਦੇ ਵਿੱਚ ਵਿਦੇਸ਼ਾਂ ਦੀ ਟੂਰ ਲਾਉਂਦੇ ਆ ਮੇਲੇ ਹੁੰਦੇ ਨੇ ਵਿਸਾਖੀ ਮੇਲੇ ਹੁੰਦੇ ਨੇ ਕੈਨੇਡਾ ਹੋ ਗਿਆ ਯੂ ਐਸ ਏ ਹੋ ਗਿਆ ਹੁਣ ਤਾਂ ਬਹੁਤ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਗਰੋ ਕਰ ਗਈ ਔਰ ਬਾਹਰ ਦੇ ਵਿੱਚ ਬਹੁਤ ਸ਼ੋਅ ਲੱਗਣ ਲੱਗੇ ਨਿੰਮਲੋ ਹਰ ਕਾ ਕਿੰਨੇ ਕਵਾਰ ਬਾਹਰ ਜਾਇਆ ਯਾ ਕੋਈ ਕਲਾਕਾਰ ਬਾਹਰ ਵੀ ਲੈ ਕੇ ਗਿਆ ਨਿੰਮੇ ਨੂੰ ਨਹੀਂ ਜੀ ਨਹੀਂ ਅਜੇ ਤੱਕ ਇਦਾਂ ਦਾ ਸਵੱਬ ਕਦੇ ਨਹੀਂ ਬਣਿਆ ਹਮ ਬਸ ਅਜੇ ਮੈਂ ਹੀ ਸੋਚਦਾ ਮੈਂ ਸ਼ਾਇਦ ਉਹਨਾਂ ਦੇ ਦਿਮਾਗ 'ਚ ਕਦੇ ਇਦਾਂ ਦੀ ਗੱਲ ਹੀ ਨਹੀਂ ਹੋਊਗੀ ਕਿਸੇ ਦੇ ਵੀ ਜੇ ਕਦੇ ਕਿਸੇ ਨਾਲ ਗੱਲ ਹੋਈ ਵੀ ਤੇ ਉਹਨਾਂ ਦਾ ਅੱਗੋਂ ਜਵਾਬ ਵੀ ਤੂੰ ਉੱਥੇ ਕੀ ਕਰਨਾ ਉੱਥੇ ਕੀ ਹੈ ਹੂੰ ਇਦਾਂ ਦੇ ਜਵਾਬ ਮੈਨੂੰ ਇੱਕ ਦੋ ਸਿੰਗਲਾਂ ਤੋਂ ਮਿਲੇ ਆ ਤੇ ਫਿਰ ਮੈਂ ਉਸ ਤੋਂ ਬਾਅਦ ਕਦੇ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਨੇ ਤੁਸੀਂ ਆਪ ਖੁਦ ਉਹਨਾਂ ਤੱਕ ਇਹ ਗੱਲ ਦੀ ਪਹੁੰਚ ਕੀਤੀ ਕਿ ਮੈਨੂੰ ਬਾਹਰ ਤਾਂ ਲੈ ਕੇ ਜਾਓ ਜਾਂ ਮੈਨੂੰ ਵੀ ਘੇੜਾ ਘਟਾ ਦਿਓ ਬਾਹਰ ਦਾ ਔਰ ਉਹਨਾਂ ਵੱਲੋਂ ਕਿਹਾ ਗਿਆ ਕਿ ਨਿੰਮੇ ਲੋਹਾਰ ਕੇ ਨੇ ਉੱਥੇ ਜਾ ਕੇ ਕੀ ਕਰਨਾ ਨਿੰਮੇ ਇਸ ਤਰ੍ਹਾਂ ਦੇ ਕਈ ਵਾਰੀ ਆ ਰਹੇ ਨੇ ਫਿਰ ਤੁਸੀਂ ਇਹ ਡਿਸਾਈਡ ਨਹੀਂ ਕੀਤਾ ਕਿ ਮੈਂ ਖੁਦ ਗਾ ਲਾਂ ਤੁਸੀਂ ਵਧੀਆ ਗਾ ਲੈਣੇ ਹੋ ਅਸੀਂ ਬਿਹਾਈਂਡ ਦਾ ਕੈਮਰਾ ਸੁਣਿਆ ਤੁਹਾਡੀ ਆਵਾਜ਼ ਹੁਣ ਵੀ ਤੁਸੀਂ ਗਾ ਕੇ ਸੁਣਾਇਆ ਸਾਨੂੰ ਸੋ ਇਹ ਇਹ ਤੁਸੀਂ ਆਪ ਖੁਦ ਕਿਉਂ ਨਹੀਂ ਆ ਪਾਏ ਕਿਉਂਕਿ ਸਾਧਨ ਸਾਰੇ ਤੁਹਾਡੇ ਕੋਲ ਸੀਗੇ ਕੰਪਨੀਆਂ ਨਾਲ ਤੁਹਾਡਾ ਵਧੀਆ ਟਾਈ ਅਪ ਸੀਗਾ ਹਾਂਜੀ ਹਾਂਜੀ ਭਾਜੀ ਮੈਂ ਚਾਹੁੰਦਾ ਸੀ ਕਿ ਮੈਂ ਆਵਾਂ ਤੇ ਜ਼ਰੂਰ ਹੂੰ ਬਟ 트ੈਂਡ ਦੇ ਕੇ ਕਈ ਵਾਰੀ ਫੇਰ ਮੂਡ ਚੇਂਜ ਹੋ ਜਾਂਦਾ ਵੀ ਨਹੀਂ ਹਮ ਅੱਜ ਕੱਲ ਲੋਕੀ ਹੋਰ ਕੋਸ ਸੁਣਦੇ ਆ ਤੇ ਇਹ ਨਾ ਹੋਵੇ ਜੇ ਗੀਤਕਾਰੀ ਚ ਨਾ ਬਣਿਆ ਤੇ ਉਹਨੂੰ ਵੀ ਮਿੱਟੀ ਕਰ ਲਈਏ ਗਾਇਕੀ ਦੇ ਚੱਕਰ 'ਚ ਹਮ ਠੀਕ ਆ ਜੀ ਸੋ ਹੋ ਸਕਦਾ ਮੈਂ ਗਲਤ ਹੋਵਾਂ ਇੱਥੇ ਹਮ ਜੇ ਮੈਂ ਆਪ ਗਾਇਆ ਹੁੰਦਾ ਤੇ ਸ਼ਾਇਦ ਮੈਨਾਂ ਹਾਲਾਤਾਂ 'ਚ ਨਾ ਹੁੰਦਾ ਹਮ ਕੁਝ ਬੈਟਰ ਹੁੰਦਾ ਹਮ ਤੇ ਬਾਕੀ ਚਲੋ ਅੱਗੇ ਜਰੂਰ ਤੁਹਾਡੀ ਗੱਲ ਤੋਂ ਗੱਲ ਕਰਦੇ ਵੀ ਜਰੂਰ ਟਰਾਈ ਕਰਾਂਗੇ ਗਾ ਹਮ ਹਾਂਜੀ ਨਿਵੇਂ ਤੁਸੀਂ ਇਸ ਪਹਿਲੇ ਬੜੇ ਆਰਥਿਕ ਤੌਰ ਤੇ ਤੁਸੀ ਕਹਿੰਦੇ ਹੋ ਕਿ ਹਾਲਾਂਕਿ ਇਹ ਗੱਲਾਂ ਵਾਰ-ਵਾਰ ਨਹੀਂ ਕਹਿਣੀਆਂ ਚਾਹੀਦੀਆਂ ਪਰ ਇਹ ਸੱਚਾਈ ਆ ਕੌੜੀ ਆ ਪਰ ਲੋਕਾਂ ਨੂੰ ਜ਼ਰੂਰ ਦੱਸਣੀ ਚਾਹੀਦੀ ਆ ਕਿ ਮੌਜੂਦਾ ਸਮੇਂ ਦੇ ਵਿੱਚ ਗੀਤਕਾਰ ਦੀ ਹਾਲਤ ਕੀ ਆ ਕਿਉਂਕਿ ਜਦੋਂ ਵੀ ਅਸੀਂ ਕਿਸੇ ਵੀ ਕਲਾਕਾਰ ਨੂੰ ਸੁਣਦੇ ਆ ਗੱਡੀਆਂ ਦੇ ਵਿੱਚ ਗੀਤ ਸੁਣਦੇ ਆ ਤਾਂ ਸ਼ਾਇਦ ਆਮ ਤੌਰ ਤੇ ਲੋਕਾਂ ਦਾ ਵੀ ਧਿਆਨ ਨਹੀਂ ਜਾਂਦਾ ਕਿ ਗੀਤ ਕਿਸ ਨੇ ਲਿਖਿਆ ਹੋਊਗਾ ਜਾਂ ਕਿਸ ਦੀ ਇਹ ਮਿਹਨਤ ਸੋ ਨਵੇਂ ਇਸ ਵੇਲੇ ਜਿਹੜਾ ਦੌਰ ਚੱਲ ਰਿਹਾ ਇਸ ਵੇਲੇ ਦੇ ਜਿਹੜੇ ਮੌਜੂਦਾ ਕਲਾਕਾਰ ਨੇ ਤੁਸੀਂ ਕੁਲਵਿੰਦਰ ਬਿੱਲੇ ਦੀ ਗੱਲ ਕੀਤੀ ਹੈ ਹੋਰ ਕਿਹੜੇ-ਕਿਹੜੇ ਆਰਟਿਸਟ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਤੁਸੀਂ ਉਹਨਾਂ ਨੂੰ ਪਸੰਦ ਕਰਦੇ ਹੋ ਚਾਹ ਤੁਸੀਂ ਸੋਚਦੇ ਹੋ ਕਿ ਇਹ ਮੇਰਾ ਗੀਤ ਵਧੀਆ गा ਸਕਦਾ ਮੈਂ ਰਣਜੀਤ ਬਾਵਾ ਜੀ ਬਹੁਤ ਵਧੀਆ ਮੇਰੇ ਮਿੱਤਰ ਵੀ ਨੇ ਜਦੋਂ ਕਿ ਸਟਰਗਲ ਕਰ ਰਹਾ ਹਿਉ ਉਹਨਾਂ ਦਿਨਾਂ ਦੇ ਵਿੱਚ ਅਸੀਂ ਇਕੱਠੇ ਵੀ ਰਹੇ ਹਾਂ ਕਾਫੀ ਰਹੇ ਹਾਂ ਤੇ ਮੈਨੂੰ ਚਲੋ ਬਾਬਾ ਜੀ ਤੋਂ ਮੈਂ ਚਾਹੁੰਨਾ ਕਿ ਉਹ ਵੀ ਮੇਰਾ ਗੀਤ ਕਰਨਾ ਹੈ ਬਿੱਲਾ ਜੀ ਚਲੋ ਪਿੱਛੇ ਜੇ ਕਾਲ ਆਈ ਸੀ ਉਹਨਾਂ ਦੀ ਵੀ ਆਪਾਂ ਕਰਨਾ ਕੁਝ ਹੋਰ ਵੀ ਜਿਵੇਂ ਵਡਾਲੀ ਸਾਹਿਬ ਨੇ ਹੋਰ ਵੀ ਕਾਫੀ ਸਿੰਗਰ ਨੇ ਜੋ ਜਿਹੜੇ ਵਧੀਆ ਗਾਉਣ ਵਾਲੇ ਮੈਂ ਚਾਹੁੰਦਾ ਕਿ ਵਧੀਆ ਗਾਉ ਕਿਉਂਕਿ ਮੈਂ ਹੋਰ ਕਿਸ ਨੂੰ ਤੇ ਗੀਤ ਚਾਹੁੰਦਾ ਵੀ ਨਹੀਂ ਕਿ ਮੇਰਾ ਗੀਤ ਖਰਾਬ ਹੋਵੇ ਇੱਕ ਚੰਗੇ ਸਿੰਗਰ ਤੋਂ ਮੈਂ ਚਾਹੂੰਗਾ ਕਿ ਮੇਰਾ ਗੀਤ ਕਰ ਲਈਏ ਕਰਨ ਨਿਮੇ ਜਿਵੇਂ ਹੁਣ ਆਮ ਤੌਰ ਤੇ ਇੱਕ ਚੰਡੀਗੜ੍ਹ ਹੱਬ ਬਣ ਗਿਆ ਉੱਥੇ ਸਾਰੇ ਰਹਿਣ ਲੱਗ ਗਏ ਜਾ ਕੇ ਜਾਇ ਉਹ ਸਿੰਗਰ ਨੇ ਚਾਹੇ 뮤జిਸ਼ੀਅਨ ਨੇ ਚਾਹੇ ਗੀਤਕਾਰ ਨੇ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਨਿਮੇ ਲੋਹਾਰਕਾ ਪਿੰਡ ਦੇ ਵਿੱਚ ਹੀ ਨਿਮਾ ਰਹਿੰਦਾ ਉਹੀ ਹਾਲਾਤਾਂ ਦੇ ਵਿੱਚ ਹੈ ਨਿਮੇ ਨੇ ਇੱਥੋਂ ਜੇ ਚੰਡੀਗੜ੍ਹ ਸ਼ਿਫਟ ਹੋ ਗਿਆ ਹੁੰਦਾ ਤਾਂ ਹਾਲਾਤ ਬਦਲ ਗਏ ਹੁੰਦੇ ਨਹੀਂ ਭਾਜੀ ਕੋਈ ਟਾਈਮ ਸੀਗਾ ਜਦੋਂ ਕਲਾਕਾਰ ਸਾਰੇ ਲੁਧਿਆਣੇ ਸੀ ਬਟ ਜੇ ਕਿਸੇ ਨੂੰ ਨਿਮੇ ਦੀ ਲੋੜ ਸੀਗੀ ਨਾ ਉਹ ਲੋਹਾਰਕਾ ਆ ਕੇ ਲੱਭ ਲਿੰਦਾ ਸੀ ਠੀਕ ਹੈ ਜੀ ਮੈਂ ਚਲੋ ਇਹ ਇੰਡਸਟਰੀ ਸਾਰੀ ਹੈ ਟਾਈਮ ਚੰਡੀਗੜ੍ਹ ਬਿਠੀ ਮੈਂ ਮੰਨਦਾ ਇਹ ਗੱਲ ਨੂੰ ਤੇ ਬਾਕੀ ਚਲੋ ਜਦੋਂ ਸੁਆਬ ਆਊਗਾ ਤੇ ਮੈਂ ਵੀ ਉੱਥੇ ਬਹਾਂਗਾ ਜਾ ਕੇ ਜੇ ਮੈਨੂੰ ਲੱਗੂਗਾ ਕਿ ਹਾਂ ਮੈਨੂੰ ਅੱਜ ਉੱਥੇ ਬਹਿਣਾ ਚਾਹੀਦਾ ਹੂੰ ਠੀਕ ਹੈ ਜੀ ਤੇ ਫਿਰ ਜ਼ਰੂਰ ਨੀ ਮੈਂ ਆਮ ਤੌਰ ਤੇ ਇੱਥੇ ਗੱਡੀਆਂ ਘੁੰਮਦੀਆਂ ਹੁੰਦੀਆਂ ਸੀ ਕਿ ਜਦੋਂ ਤੁਹਾਡਾ ਪੂਰਾ ਪੀਕ ਤੇ ਹੁੰਦੇ ਤੁਸੀਂ ਨਿੰਮੇ ਦੇ ਗੀਤ ਹਿੱਟ ਹੁੰਦੇ ਸੀਗੇ ਪਿੰਡ ਦੇ ਵਿੱਚ ਗੱਡੀਆਂ ਘੁੰਮਦੀਆਂ ਸੀ ਕਲਾਕਾਰਾਂ ਦੀ ਤੁਹਾਡਾ ਘਰ ਲੱਭਣ ਨੂੰ ਜਾਂ ਉਦੋਂ ਤੁਹਾਨੂੰ ਟ੍ਰੀਟ ਕਿੱਦਾਂ ਕਰਦੇ ਸੀ ਹੁਣ ਤਾਂ ਬਦਲਾਅ ਤੁਸੀਂ ਦੱਸ ਹੀ ਚੁੱਕੇ ਹੋ ਕਿ ਬਹੁਤ ਬਦਲਾਅ ਆਇਆ ਹਾਂਜੀ ਉਹਦੇ ਤੇ ਜੀ ਇੱਕ ਗੱਡੀ ਜਾਂਦੀ ਸੀ ਤੇ ਦੋ ਹੋਰ ਆ ਜਾਂਦੀਆਂ ਸੀ ਮੈਨੂੰ ਮਿਲਣ ਵਾਲਿਆਂ ਦਾ ਜਾਨੀ ਕਿ ਤਾਂ ਤਾਂ ਲੱਗਾ ਰਹਿੰਦਾ ਹੈ ਹੂੰ ਫੇ ਕਦੇ ਕੋਈ ਗੀਤਕਾਰ ਮਿਲਣ ਆ ਗਿਆ ਕੋਈ ਗਾਇਕ ਮਿਲਣ ਆ ਗਿਆ ਕੋਈ 뮤직 ਡਾਇਰੈਕਟਰ ਆ ਗਿਆ ਹੂੰ ਤਕਰੀਬਨ ਬੜੀ ਕਿਰਪਾ ਰਹੀ ਹੈ ਪਰਮਾਤਮਾ ਦੀ ਹੂੰ ਬਾਕੀ ਹੁਣ ਚਲੋ ਥੋੜਾ ਜਿਹਾ ਜਿਹੜਾ ਐ ਨੈਟ ਦਾ ਜ਼ਮਾਨਾ ਆ ਗਿਆ ਇਹਨੇ ਵੀ ਕੁਝ ਦੂਰ ਕਰਤਾ ਇੱਕ ਦੂਜੇ ਨੂੰ ਕਿਉਂਕਿ ਪਹਿਲਾਂ ਜੇ ਮੇਰੀ ਲੋੜ ਆ ਕਿਸੇ ਸਿੰਗਰ ਨੂੰ ਤੇ ਮੇਰੇ ਪਿੰਡੋਂ ਆਉਂਦਾ ਸੀ ਠੀਕ ਹੈ ਜੀ ਹੁਣ ਜੇ ਮੇਰੀ ਲੋੜ ਆ ਤੇ ਮੇਰਾ ਨੰਬਰ ਲੱਭ ਲੀਂਦਾ ਹੂੰ ਸਿਰਫ ਇਹ ਫਰਕ ਆ ਹੁਣ ਬਾਕੀ ਚਲੋ ਹੈ ਗਈ ਜਿਨ੍ਹਾਂ ਨਾਲ ਰਿਲੇਸ਼ਨ ਵਧੀਆ ਹੈਗੇ ਆ ਜਿਨ੍ਹਾਂ ਨੇ ਆਉਣਾ ਉਹਨਾਂ ਨੇ ਆਉਣਾ ਹੀ ਆ ਨਵੇਂ ਤੁਸੀਂ 500 ਦੇ ਕਰੀਬ ਗੀਤ ਲਿਖ ਚੁੱਕੇ ਹੋ ਸਭ ਤੋਂ ਕਲੋਜ਼ ਗੀਤ ਕਿਹੜਾ ਹੈਗਾ ਜਿਹੜਾ ਤੁਹਾਡੀ ਜ਼ਿੰਦਗੀ ਤੇ ਵੀ ਬੜਾ ਟੁੱਕਦਾ ਹੋਵੇ ਔਰ ਤੁਹਾਨੂੰ ਬਹੁਤ ਵਧੀਆ ਲੱਗਦਾ ਹੋਵੇ ਰਵਾਨਗੀ ਚ ਵੀ ਵਧੀਆ ਹੋਵੇ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਹੋਵੇ ਮੈਨੂੰ ਤੇ ਜੀ ਵੈਸੇ ਆਪਣੇ ਲਿਖੇ ਸਾਰੇ ਗੀਤ ਹੀ ਬਹੁਤ ਵਧੀਆ ਲੱਗਦੇ ਆ ਠੀਕ ਆ ਜੀ ਜਦੋਂ ਮੈਂ ਆਪਣੇ ਗੀਤਾਂ ਨੂੰ ਸੁਣਦਾ ਤੇ ਮੈਂ ਕਈ ਵਾਰੀ ਸੋਚਦਾ ਵੀ ਯਾਰ ਆ ਕਿਵੇਂ ਲਿਖਿਆ ਗਿਆ ਅਨਾ ਔਰ ਬਾਕੀ ਜੀ ਆਪਾਂ ਜਿਆਦਾ ਨੇੜੇ ਦੇ ਗੀਤ ਆਪਣੀ ਸਮਝੀਏ ਤੇ ਉਹ ਉਹਨਾਂ ਦੇ ਵਿੱਚੋਂ ਮੇਰਾ ਕੀ ਹਾਲ ਮੇਰੀ ਮਾਨ ਨੂੰ ਨਾ ਦੱਸਿਓ ਅਮਰਿੰਦਰ ਗਿੱਲ ਜੀ ਦਾ 77 ਗਿੱਲ ਨੇ ਗਾਇਆ ਲੱਸੀ ਦੀ ਚਾਟੀ ਚੱਕ ਲਈ ਅਨਾ ਇਹ ਗੀਤ ਮੇਰੇ ਦਿਲ ਦੇ ਬਹੁਤ ਕਰੀਬ 77 ਗਿੱਲ ਦਾ ਗੀਤ ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ ਨਿੰਮੇ ਦੇ ਨਾਮ ਵਾਲਾ ਜਿਹੜਾ ਅੰਤਰਾ ਸੀ ਉਹ ਅਸੀਂ ਸੁਣਨਾ ਚਾਹਾਂਗੇ ਪਤਾ ਹੁੰਦਾ ਤੇਰੀ ਜੇ ਨਕਮੀ ਇਸ ਸੋਚਦਾ ਲੋਹਾਰ ਕੇ ਦਨ ਮਾ ਤੈਨੂੰ ਕਦੇ ਵੀ ਨਾ ਲੋਚਦਾ ਪਤਾ ਹੁੰਦਾ ਤੇਰੀ ਜੇ ਨਕਮੀ ਇਸ ਸੋਚਦਾ ਲੋਹਾਰ ਕੇ ਦਨ ਮਾ ਤੈਨੂੰ ਕਦੇ ਵੀ ਨਾ ਲੋਚਦਾ ਸੋਚਦੇ ਰੇ ਆਪਣੀ ਬਣਾਉਣ ਵਾਸਤੇ ਸੋਚਦੇ ਰੇ ਆਪਣੀ ਬਣਾਉਣ ਵਾਸਤੇ ਦਿਲ ਦਿੱਤਾ ਨਹੀਂ ਸੀ ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ ਨਿੰਮ ਜਿਹੜਾ ਅਰਸ਼ਮੈਨੀ ਦਾ ਹੁਣ ਤੁਸੀਂ ਗੀਤ ਕੀਤਾ ਨਵਾਂ ਗੀਤ ਲੇਟੈਸਟ ਆਇਆ ਵਾ ਉਸ ਕੀਤੀਆਂ ਉਸ ਗੀਤ ਦੇ ਵਿੱਚ ਕੀ ਖਾਸ ਹੈ ਕਿੰਨੇ ਗੈਪ ਬਾਦੋਂ ਗੀਤ ਆਇਆ ਤੁਹਾਡਾ ਗੀਤ ਕੋਈ ਮੇਰਾ 2 2 ਸਾਲ ਬਾਦ ਆਇਆ ਜੀ ਪਿੱਛੇ ਜੇ ਇਹਨੂੰ ਪਹਿਲਾਂ ਵਡਾਲੀ ਸਾਹਿਬ ਦਾ ਗੀਤ ਰਿਲੀਜ਼ ਹੋਇਆ ਸੀ ਬਰਸਾਤਾਂ ਚੱਲੂ ਹੋ ਗਈਆਂ ਹੂੰ ਉਸ ਤੋਂ ਬਾਅਦ ਇੱਕ ਦੋ ਨਵੇਂ ਮੁੰਡਿਆਂ ਦੇ ਜ਼ਰੂਰ ਗੀਤ ਆਏ ਹੋਣਗੇ ਬਟ ਇੱਕ ਚੰਗੇ ਲੈਵਲ ਤੇ ਗੀਤ ਇਹੀ ਆਇਆ ਵਾ ਰੋਸ ਰੋਸ ਬੈਨਾ ਮੇਰੀ ਜਾਨ ਨਿਕਲਦੀ ਔਰ ਵਧੀਆ ਰਿਸਪੌਂਸ ਆਇਆ ਕੀ ਤੁਹਾਨੂੰ ਮਿਲਿਆ ਅੰਨੇ ਮੈਂ ਹੋਰ ਕਿਹੜੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਹੋਰ ਪ੍ਰੋਜੈਕਟ ਤੁਹਾਨੂੰ ਮੈਂ ਦੱਸ ਚੁੱਕਾ ਵੀ ਸ਼ਾਇਦ ਕੁਲਵਿੰਦਰ ਬਿੱਲਾ ਜੀ ਦਾ ਗੀਤ ਆਊਗਾ ਹਮ ਬਾਬਾ ਜੀ ਰਣਜੀਤ ਬਾਵਾ ਜੀ ਦਾ ਤੇ ਆਪਣਾ ਤੁਹਾਨੂੰ ਦੱਸਿਆ ਕਿ ਭਤੀਜਾ ਗੋਰਠਵਾਲ ਜੀ ਉਹਨਾਂ ਦਾ ਗੀਤ ਕਰ ਰਹੇ ਹਾਂ ਬਹੁਤ ਵਧੀਆ ਤੋ ਕਾਫੀ ਉਮੀਦਾਂ ਨੇ ਹਾਂਜੀ ਬਿਲਕੁਲ ਉਮੀਦਾਂ ਦੇ ਉੱਤੇ ਜ਼ਿੰਦਗੀ ਕਾਇਮ ਆ ਨਿੰਮੇਲ ਹਾਰਕੇ ਨੂੰ ਬਿਲਕੁਲ ਉਮੀਦ ਆ ਕਿ ਨਿੰਮੇ ਲੋਹਾਰਕੇ ਦੇ ਜਿਹੜੇ ਸੁਨਹਿਰੀ ਦਿਨ ਸੀ ਜਦੋਂ ਨਿੰਮਾ ਲੋਹਾਰਕਾ ਚੋਟੀ ਤੇ ਸੀਗਾ ਗੀਤਕਾਰੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਉਹ ਸਮਾਂ ਵਾਪਸ ਆ ਜਾਏਗਾ ਨਿੰਮੇ ਦਾ ਆ ਗਿਆ ਜੀ ਬਹੁਤ ਜਲਦੀ ਆਊਗਾ ਕਿਉਂਕਿ ਹੁਣ ਕੁਛ ਅਗਲੇ ਕਨਸੈਪਟ ਹੀ ਇਦਾਂ ਦੇ ਆ ਅਗਲੇ ਜੋ ਜੋ ਵੀ ਮੈਂ ਲੈ ਕੇ ਆ ਰਿਹਾ ਮੇਰੇ ਜਿਹੜੇ ਵੀ ਗੀਤ ਆ ਰਹੇ ਨਾ ਥੋੜਾ ਜਿਆ ਸਿਸਟਮ ਚੇਂਜ ਕੀਤਾ ਵਾ ਇਹ ਵੀ ਮੈਂ ਦੂਜਾ ਲਿਖਣਾ ਸ਼ੁਰੂ ਕਰਤਾ ਉਹ ਜਿਆ ਤੇ ਫਿਰ ਵੀ ਚੰਗੇ ਗੀਤਾਂ ਸੋਬਰ ਆ ਘਰਾਂ ਚ ਵੱਜਣ ਵਾਲੇ ਗੀਤਾਂ ਬਾਕੀ ਇੱਕ ਨਵੇਂ ਸਟਾਈਲ ਦੇ ਗੀਤ ਆ ਜੀ ਹਾਂਜੀ ਨਿੰਮੇ ਦਿਨ ਚਾਰੇ ਕੀ ਹੁੰਦੀ ਹੈ ਤੁਹਾਡੀ ਕਿਸ ਤਰ੍ਹਾਂ ਆਪਣਾ ਦਿਨ ਸਪੈਂਡ ਕਰਦੇ ਹੋ ਤੁਸੀਂ ਦੱਸਿਆ ਕਿ ਤੁਸੀਂ ਇਕੱਲਾ ਗੀਤਕਾਰੀ ਦੇ ਵਿੱਚੋਂ ਗੀਤ ਕਿਸ ਵੇਲੇ ਲਿਖਦੇ ਹੋ ਕੀ ਥਾਟ ਪ੍ਰੋਸੈਸ ਹੁੰਦੀ ਆ ਜਾਂ ਕੀ ਸਾਰਾ ਦਿਨ ਕੀ ਕਰਦੇ ਹੋ ਸਾਰਾ ਦਿਨ ਜੀ ਬਸ ਹੈ ਤੇ ਮੈਂ ਫਰੀ ਆ ਇੱਕ ਹਾਜ਼ਰੀ ਜ਼ਰੂਰ ਲਗਵਾ ਕੇ ਆਈ ਕਿ ਬਾਬਾ ਇੱਥੇ ਉਹ ਨਾਮ ਦਾ ਆ ਜੀ ਦੇ ਚਾਹਾਂਗੇ ਕੋਈ ਟੈਂਪਲ ਉੱਥੇ 2 ਘੰਟੇ ਚਲੋ ਆਏ ਗੱਲ ਕਰਨੀ ਦੀ ਬਣਦੀ ਹੈ ਨਾ ਜੇ ਆਪਾਂ ਜਾਣਦੇ ਆ ਕਿ ਦਰਵਾਜ਼ਾ ਕੋਈ ਜ਼ਰੂਰੀ ਨਹੀਂ ਹੈ ਹੂੰ ਬਾਕੀ ਫੇਰ ਵੀ ਚਲੋ ਤੁਸੀਂ ਗੱਲ ਕੀਤੀ ਹੈ ਟਾਈਮ ਸਪੈਂਡ ਕਰਨ ਲਈ ਹੂੰ ਤੇ 2 ਘੰਟੇ ਉੱਥੇ ਸੇਵਾ ਕਰੀਦੀ ਆ ਹੂੰ ਬਾਕੀ ਹੋਰ ਕੋਈ ਕੰਮਕਾਰ ਹੋਵੇ ਮੇਰੇ ਯਾਰਾਂ ਬੇਲੀਆਂ ਮਿੱਤਰਾਂ ਨੂੰ ਮਿਲਣਾ ਹੋਵੇ ਤੇ ਫਿਰ ਥੋੜਾ ਉਧਰ ਟਾਈਮ ਦੇਈਦਾ ਇਦਾਂ ਸਾਰਾ ਦਿਨ ਲੰਘ ਜਾਂਦਾ ਜੀ ਹੂੰ ਨਿਮਲ ਹਾਰਕੇ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਮੌਜੂਦ ਹੈ ਤੇ ਨਿਮਮਾ ਚਾਹੁੰਦਾ ਹੈ ਕਿ ਉਸਦੇ ਬੱਚੇ ਫੀਲਡ ਦੇ ਵਿੱਚ ਆਉਣ ਗੀਤਕਾਰੀ ਦੇ ਵਿੱਚ ਆਉਣ ਜਾਂ ਸਿੰਗਿੰਗ ਦੇ ਵਿੱਚ ਆਉਣੇ ਨਿਮਮੇ ਤੋਂ ਜਾਣ ਲੈਣੇ ਆ ਜੀ ਮੇਰੇ ਪਰਿਵਾਰ ਦੇ ਵਿੱਚ ਮੇਰੇ ਡੈਡੀ ਮੇਰੀ ਵਾਈਫ ਦੋ ਬੇਟੇ ਤੇ ਇੱਕ ਬੇਟੀ ਆ ਬਾਕੀ ਜੇ ਇਹਨਾਂ ਦੇ ਫੀਲਡ ਚ ਆਉਣ ਬਾਰੇ ਗੱਲ ਕਰੀਏ ਉਹ ਇਹਨਾਂ ਨੂੰ ਜੇ ਪ੍ਰਮਾਤਮਾ ਨੇ ਜੇ ਹਨਾ ਵੀ ਇਹਨਾਂ ਨੂੰ ਇਹ ਬਖਸ਼ਿਸ਼ ਹੈ ਹੋਊਗੀ ਉਹਦੀ ਤੇ ਇਹਨਾਂ ਨੇ ਆਪਣੇ ਆਪ ਹੀ ਆ ਜਾਣਾ ਵਾ ਕਿਉਂਕਿ ਮੈਂ ਮੇਰਾ ਦਿਲ ਤੇ ਚਾਹੁੰਦਾ ਹੀ ਕਿ ਮੇਰੇ ਬੱਚੇ ਵੀ ਹਨਾ ਆਪਣਾ ਨਾਮ ਵੱਡਾ ਬਣਾਉਣਾ ਇੱਕ ਵਧੀਆ ਤਰ੍ਹਾਂ ਜ਼ਿੰਦਗੀ ਜੀਣਾ ਤੇ ਬਾਕੀ ਚਲੋ ਜੋ ਪ੍ਰਮਾਤਮਾ ਕਰੂਗਾ ਉਹ ਇਹਨਾਂ ਨੇ ਕਰਨਾ ਨਿੰਮੇ ਲੋਹਾਰਕਾ ਦੇ ਨਾਲ ਗੱਲਬਾਤ ਕਰ ਰਹੇ ਆ ਪਿੰਡ ਲੋਹਾਰਕਾ ਦੇ ਵਿੱਚ ਅਸੀਂ ਮੌਜੂਦ ਆ ਲਗਾਤਾਰ ਤੁਸੀਂ ਨਿੰਮੇ ਦੇ ਨਾਲ ਸਾਡੀ ਗੱਲਬਾਤ ਨੂੰ ਸੁਣ ਰਹੇ ਹੋ ਨਿੰਮੇ ਹੁਣ ਦੁਬਾਰਾ ਤੋਂ ਤੁਸੀਂ ਕਿਹਾ ਕਿ ਬਹੁਤ ਜਲਦੀ ਉਹ ਦੌਰ ਆਉਣ ਵਾਲਾ ਨਿੰਮੇ ਦੀ ਚੜ੍ਹਾਈ ਹੋਣ ਪਾਲੀ ਆ ਬੜੀਆਂ ਚੰਗੀ ਗੱਲ ਹੈ ਕਿ ਤੁਸੀਂ ਬਹੁਤ ਉਮੀਦਾਂ ਨੇ ਕਿਉਂਕਿ ਹਾਂ ਪੱਖੀ ਹੋਣਾ ਆਪਣੇ ਆਪ ਦੇ ਵਿੱਚ ਪੋਜ਼ਿਟਿਵ ਰਹਿਣਾ ਇਹ ਸਭ ਤੋਂ ਖਾਸ ਗੱਲ ਹੁੰਦੀ ਹੈ ਕਿਉਂਕਿ ਇਨਸਾਨ ਉਹੀ ਹੁੰਦਾ ਜਿਹੜਾ ਹਰ ਤਰ੍ਹਾਂ ਦਾ ਚੰਗਾ ਮਾੜਾ ਦੌਰ ਹੱਸ ਕੇ ਹੰਡਾ ਜਾਵੇ ਨਿੰਮੇ ਹੁਣ ਦੁਬਾਰਾ ਤੋਂ ਫਿਰ ਡੈਰੀਆਂ ਕਲਮਾਂ ਤਿਆਰ ਨੇ ਸਭ ਕੁਝ ਬਿਲਕੁਲ ਜੀ ਬਿਲਕੁਲ ਤਿਆ ਤਨੇ ਮੇ ਮੋਸਟ ਫੇਵਰੇਟ ਜਿਹੜੇ ਤੁਹਾਡੇ ਕੋਈ ਗਾਣੇ ਹੋਣ ਇੱਕ ਹੋਵੇ ਦੋ ਹੋਵੇ ਤਿੰਨ ਹੋਵੇ ਦਰਸ਼ਕਾਂ ਨੂੰ ਸੁਣਾ ਦਿਓ ਕਿਉਂਕਿ ਸਮਾਂ ਥੋੜਾ ਸੀਮਿਤ ਹੈ ਸਾਡੇ ਕੋਲ ਕੀ ਸਮਝਾਈਏ ਸੱਜਣਾ ਇਹ ਨਾਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨਹੀਂ ਹੁੰਦਾ ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ ਕੀ ਸਮਝਾਈਏ ਸੱਜਣਾ ਇਹ ਨਾਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨਹੀਂ ਹੁੰਦਾ ਗੁਜ਼ਾਰਾ ਨਹੀਂ ਹੁੰਦਾ ਨਿੰਮੇ ਲੋਹਾਰਕੇ ਦੀ વાਕਿ ਹੀ ਆਵਾਜ਼ ਦੇ ਵਿੱਚ ਵੀ ਉਹੀ ਜਾਦੂ ਹੈ ਜੋ ਉਹਨਾਂ ਦੀ ਕਲਮ ਦੇ ਵਿੱਚ ਜਾਦੂ ਹੈ ਇੱਥੇ ਇੱਕ ਮੈਂ ਬਹੁਤ ਖਾਸ ਗੱਲ ਤੁਹਾਡੇ ਸਭ ਨਾਲ ਸ਼ੇਅਰ ਕਰਨੀ ਚਾਹਾਂਗਾ ਜਦੋਂ ਅਸੀਂ ਨਿੰਮੇ ਲੋਹਾਰਕੇ ਦੀ ਪੋਸਟ ਪੜ੍ਹੀ ਸੀ ਤੇ ਜਦੋਂ ਅਸੀਂ ਇੰਟਰਵਿਊ ਦਾ ਪਲਾਨ ਆਊਟ ਕਰ ਰਹੇ ਸੀ ਨਿੰਮੇ ਦੇ ਨਾਲ ਜਦੋਂ ਗੱਲਬਾਤ ਹੋਈ ਸੀ ਇਹਨਾਂ ਦੇ ਨਾਲ ਅਸੀਂ ਉਹਨੇ ਬੈਠੇ ਸੀ ਔਰ ਇਹਨਾਂ ਨੂੰ ਅਸੀਂ ਇਹ ਆਫਰ ਦਿੱਤੀ ਸੀ ਕਿ ਡੇਲੀ ਪੋਸਟ ਦੇ ਵੱਲੋਂ ਇਹ ਇਨੀਸ਼ੀਏਟਿਵ ਲਿਆ ਜਾਵੇਗਾ ਕਿ ਅਕਾਊਂਟ ਨੰਬਰ ਪਾ ਕੇ ਤੁਹਾਡੀ ਕੋਈ ਆਰਥਿਕ امدਾਦ ਕਰਾਈ ਜਾਵੇ ਤੁਹਾਡੀ ਹੈਲਪ ਕਰਾਈ ਜਾਵੇ ਪਰ ਇਹਨਾਂ ਦੀ ਬਹੁਤ ਇਹ ਫਰਾਖ ਦੇ ਲਈ ਹੈ ਬਹੁਤ ਅਮੀਰੀ ਹੈ ਦਿਲ ਦੀ ਬਹੁਤ ਅਮੀਰੀ ਹੈ ਕਿ ਨਿੰਮਲ ਹਾਰਕੇ ਨੇ ਇਸ ਤੋਂ ਮਨਾ ਕਰ ਦਿੱਤਾ ਕਿ ਕੋਈ ਅਕਾਊਂਟ ਨੰਬਰ ਨਹੀਂ ਦੇਣਾ ਕਿ ਮੈਨੂੰ ਇਸ ਤਰ੍ਹਾਂ ਦੀ ਕੋਈ ਹੈਲਪ ਨਹੀਂ ਚਾਹੀਦੀ ਔਰ ਨਿੰਮੇ ਦਾ ਇਹੀ ਕਹਿਣਾ ਹੈ ਕਿ ਉਹਨਾਂ ਦੇ ਗੀਤ ਜਦੋਂ ਆਣਗੇ ਤਾਂ ਲੋਕ ਜ਼ਰੂਰ ਸੁਣ ਲੈਣ ਉਹਨਾਂ ਗੀਤਾਂ ਨੂੰ ਔਰ ਪਹਿਲਾ ਮੰਗ ਹੀ ਪਿਆਰ ਦੇਣ ਸਵਾਸ ਕਰਦੇ ਤੁਹਾਨੂੰ ਸਾਡੀ ਪੇਸ਼ਕਸ਼ ਪਸੰਦ ਆਈ ਹੋਵੇਗੀ ਅੰਮ੍ਰਿਤਸਰ ਤੋਂ ਗगन ਬੀਤੀ ਦੇ ਨਾਲ ਕੈਮਰਾਮੈਨ ਰਾਜਵਿੰਦਰ ਟੋਨੀ ਡੇਲੀ ਪੋਸਟ ਪੰਜਾਬੀ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563